ਸਤਿ ਸ਼੍ਰੀ ਅਕਾਲ ਜੀ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਬਹੁਤ ਹੀ ਖਾਸ ਪ੍ਰੋਗਰਾਮ ਖਾਲਸ ਡਾਈਟ ਦੇ ਵਿੱਚ ਖਾਲਸ ਡਾਈਟ ਦੇ ਵਿੱਚ ਸਾਡੇ ਖਾਸ ਮਹਿਮਾਨ ਡਾਕਟਰ ਸੰਤੋਖ ਸਿੰਘ ਉੱਗੇ ਡਾਈਟੀਸ਼ਨ ਨੇ ਅਤੇ ਆਯੁਰਵੈਦਿਕ ਮਾਹਿਰ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ ਅੱਜ ਖਾਸ ਤੌਰ ਤੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਇਸ ਵਾਰ ਵੀ ਅਸੀਂ 1-2 ਹਫ਼ਤਿਆਂ ਦੇ ਗੈਪ ਦੇ ਨਾਲ ਤੁਹਾਡੇ ਨਾਲ ਜੁੜੇ ਹਾਂ ਤੇ ਡਾਕਟਰ ਸਾਹਿਬ ਵੱਲੋਂ ਦਾ ਕਹਿਦੀ ਆਪਾਂ ਵੀ ਆਸ ਕਰਦੇ ਹਾਂ ਹੁਣ ਅਸੀਂ ਕੰਟੀਨਿਊ ਜੁੜਾਂਗੇ ਹਾਂ ਜੀ ਬਿਲਕੁਲ ਬਿਲਕੁਲ ਤੇ ਅਸੀਂ ਕੰਟੀਨਿਊ ਹੁਣ ਹਰ ਹਫ਼ਤੇ ਜੁੜਦੇ ਰਹਾਂਗੇ ਕਿਉਂਕਿ ਦਰਸ਼ਕਾਂ ਦੇ ਬਹੁਤ ਬਹੁਤ ਸਾਰੇ ਜਿਹੜੇ ਈਮੇਲਸ ਵੀ ਆਉਂਦੀਆਂ ਨੇ ਕਿ ਪ੍ਰੋਗਰਾਮ ਕਿਉਂ ਨਹੀਂ ਆ ਰਿਹਾ ਹੁਣ ਤੇ ਅੱਜ ਆਪਾਂ ਜਿਹੜੇ ਟੌਪਿਕ ਤੇ ਗੱਲ ਕਰਨ ਲੱਗੇ ਹਾਂ ਖਾਲਸ ਡਾਈਟ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਹੈ ਬੀਪੀ ਦਾ ਹਾਈ ਬਲੱਡ ਪ੍ਰੈਸ਼ਰ ਲੋ ਬਲੱਡ ਪ੍ਰੈਸ਼ਰ ਆਪਾਂ ਆਮ ਤੌਰ ਤੇ ਸੁਣਦੇ ਆ ਕਿ ਮੇਰਾ ਬੀਪੀ ਵੱਧ ਗਿਆ ਉਹਦਾ ਬੀਪੀ ਘਟ ਗਿਆ ਤੇ ਬੀਪੀ ਵਧਣਾ ਮਤਲਬ ਗੁੱਸੇ ਦੇ ਵਿੱਚ ਆ ਜਾਣਾ ਇਹੀ ਹੁੰਦਾ ਨਾ ਡਾਕਟਰ ਸਾਹਿਬ ਸੋ ਪਹਿਲਾਂ ਆਪਾਂ ਇਹੀ ਦੱਸ ਦਈਏ ਡਾਕਟਰੀ ਭਾਸ਼ਾ ਦੇ ਵਿੱਚ ਕਿ ਹਾਈ ਬਲੱਡ ਪ੍ਰੈਸ਼ਰ ਤੇ ਲੋ ਬਲੱਡ ਪ੍ਰੈਸ਼ਰ ਕੀ ਹੁੰਦਾ ਤੇ ਸਾਰਾ ਪ੍ਰੋਗਰਾਮ ਤੁਸੀਂ ਦੇਖਿਓ ਕਿਉਂਕਿ ਡਾਕਟਰ ਸਾਹਿਬ ਨੇ ਆਯੁਰਵੈਦਿਕ ਨੁਸਖੇ ਵੀ ਦੱਸਣੇ ਨੇ ਤੇ ਇਹ ਵੀ ਦੱਸਣਾ ਹੈ ਕਿ ਡਾਈਟ ਦੇ ਨਾਲ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਹਾਂ ਆਪਣੇ ਆਪ ਇਸ ਬਿਮਾਰੀ ਨੂੰ ਸੋ ਡਾਕਟਰ ਸਾਹਿਬ ਸ਼ੁਰੂ ਕਰ ਲਿਏ ਫਿਰ ਹਾਈ ਤੇ ਲੋ ਹੁੰਦਾ ਕੀ ਹੈ देखो वेला ब्लड दे प्रेशर ਹਮ ਤਾਂ ਤੁਸੀਂ ਪਹਿਲੇ ਕਿ ਜਿਹੜਾ ਹਾਰਟ ਹੈ ਆਪਣਾ ਹਾਂਜੀ ਜਿਹੜਾ ਦਿਲ ਹੈ ਨਾ ਜਦੋਂ ਟੜਕਦਾ ਹੈ ਹਾਂਜੀ ਉਦੋਂ ਆਪਾਂ ਕਹਿੰਦੇ ਡਬ ਲੂ ਹੈ ਨਾ ਅੱਛਾ ਡਬ ਲੂ 2 ਵਜਾਂ ਆਉਂਦੀ ਹੈ ਹਾਂਜੀ ਤੇ ਡਬ ਇਹ ਹੁੰਦਾ ਹੈ ਕਿ ਜਿਹੜਾ ਉਹਨੇ ਪ੍ਰੈਸ਼ਰ ਮਾਰਿਆ ਠੀਕ ਹੈ ਜ਼ੋਰ ਦੀ ਉਹਨੂੰ ਆਪਾਂ ਕਹਿੰਦੇ ਉੱਪਰਲਾ ਬਲਡ ਪ੍ਰੈਸ਼ਰ ਜੀ ਜੀ ਤੇ ਜਿਹੜਾ ਪ੍ਰੈਸ਼ਰ ਹਾਰਟ 'ਚ ਰਹਿ ਗਿਆ ਹੂੰ ਉਹਨੂੰ ਅਸੀਂ ਕਹਿੰਦੇ ਹੇ ਨੀਚੇ ਵਾਲਾ ਬਲਡ ਪ੍ਰੈਸ਼ਰ ਉਹਨੂੰ ਆਪਾਂ ਡਾਇਸਟੋਲਿਕ ਕਹਿੰਦੇ ਹਾਂ ਠੀਕ ਹੈ ਸਮਝ ਗਿਆ ਨਾ ਡਬ ਲੂ ਮਤਲਬ ਕਿ ਉਹਦੇ ਵਿੱਚ ਇਹ ਹੁੰਦਾ ਹੈ ਕਿ ਜਿਹੜਾ ਖੂਨ ਬਾਹਰ ਨਿਕਲਿਆ ਹੂੰ ਠੀਕ ਹੈ ਜਿਹੜਾ ਪ੍ਰੈਸ਼ਰ ਨਾਲ ਪਲਸ ਬਣ ਗਈ ਉਹ ਉੱਪਰਲਾ ਹੋ ਗਿਆ ਜਿਹੜਾ ਖੂਨ ਉਹਦੇ ਚ ਨਾਰਮਲ ਹੈਗਾ ਪਰ ਸਤੋ ਬਾ ਜਿਹੜਾ ਖੂਨ ਦਿੰਦਾ ਉਹਨੂੰ ਲੋ ਕਹਿੰਦੇ ਆ 120/80 ਹੁੰਦਾ ਨਾਰਮਲੀ ਆਮ ਬੰਦੇ ਦਾ ਤੇ ਜਿਹਦੀ ਇਹ ਵੈਲਿਊ ਵੱਧਣੀ ਸ਼ੁਰੂ ਹੋ ਜਾਂਦੀ ਹੈ 120 ਵਾਲਾ 135 ਆ ਗਿਆ ਫਸਟ ਸਟੇਜ 150 ਆ ਗਿਆ ਸੈਕਿੰਡ ਸਟੇਜ ਇਸ ਤਰ੍ਹਾਂ ਕਰਕੇ ਇਹ ਸ਼੍ਰੀਸ਼ ਬਣਾਈਆਂ ਡਾਕਟਰਾਂ ਨੇ ਤੇ ਕਹਿੰਦਾ ਮਤਲਬ ਇਹ ਹੈ ਕਿ 120/80 ਤੋਂ ਅਗਰ ਬੀਪੀ ਉੱਪਰ ਹੁੰਦਾ ਹੈ ਤੇ ਤੁਹਾਨੂੰ ਅਸੀਂ ਕਵਾਂਗੇ ਜ਼ਿਆਦਾ ਹੈ ਅਗਰ ਇਸੋਂ ਥੱਲੇ ਹੁੰਦਾ ਹੈ ਤੇ ਅਸੀਂ ਕਵਾਂਗੇ ਘੱਟ ਹੈ ਤੇ ਜਿਹੜੇ ਘੱਟ ਬੀਪੀ ਵਾਲੇ ਬੰਦੇ ਨੇ ਉਹ ਮੋਸਟਲੀ ਮੈਂ ਦੇਖਿਆ ਹੈ ਕਿ 80% ਉਹ ਫੀਮੇਲਸ ਨੇ ਔਰਤਾਂ ਨੇ ਅੱਛਾ ਜੀ ਇਹ ਹੈ ਕਿ ਉਹ ਡਾਕਟਰ ਸਾਹਿਬ ਇਹ ਉਹਨਾਂ ਦੀ ਕੁਝ ਨੇਚਰ ਹੈ ਕੁਝ ਹਾਰਮੋਨ ਇਸਾਂ ਦੇ ਹੁੰਦੇ ਨੇ ਕਿਉਂਕਿ ਆਦਮਿਆਂ ਦੇ ਵਿੱਚ ਟੈਸਟੋਸਟਰੋਨ ਹਾਰਮੋਨ ਹੁੰਦਾ ਜੋ ਕਿ ਤਾਕਤ ਦਿੰਦਾ ਹੈ ਜੋ ਕਿ ਗੁੱਸਾ ਲੈ ਕੇ ਆਉਂਦਾ ਹੈ ਅੱਛਾ ਆਦਮੀ ਦੇਖੋ ਨਾ ਆਦਮੀ ਆਦਮੀ ਇਸ ਤਰ੍ਹਾਂ ਹਾਂਜੀ ਔਰਤਾਂ ਤਾਂ ਥੋੜਾ ਜਿਆਦਾ ਸੱਚੇ ਕਰ ਦਿੰਦੇ ਆ ਹਾਂਜੀ ਤੇ ਉਹਦੇ ਹਾਰਮੋਨ ਜਿਹੜੇ ਹੁੰਦੇ ਨੇ ਉਹ ਪੋਜ਼ਿਟ੍ਰੋਨ ਹੁੰਦੇ ਨੇ ਤੇ ਕੁਝ ਇੱਕ ਆ ਕਾਰਨ ਹੈ ਹਾਰਮੋਨ ਦਾ ਨੰਬਰ 2 ਕਾਰਨ ਹੈ ਕਿ ਉਹਨਾਂ ਦਾ ਲੇਡੀਜ਼ ਦਾ ਨਾਰਮਲੀ ਖੂਨ ਦੀ ਜਿਹੜੀ ਐਚਬੀ ਵੈਲਿਊ ਹੈ ਉਹ ਘੱਟ ਰਹਿੰਦੀ ਹੈ ਜੀ ਕਿਉਂਕਿ ਉਹਨਾਂ ਦੀਆਂ ਨੇਚਰਲ ਜਿਹੜਾ ਫੀਨੋਮੀਨਾ ਹੈਗਾ ਜਿਹੜੀ ਮਾਂ ਆਪਾਂ ਕਹਿੰਦੇ ਆ ਮਾਸਿਕ ਤਰਮ ਡਾਉਂਦਾ ਹੈ ਤੇ ਉਸ ਕਰਕੇ ਉਹ ਖੂਨ ਦਾ ਲਾਸ ਹੁੰਦਾ ਹੈ ਠੀਕ ਹੈ ਠੀਕ ਹੈ ਜੀ ਇਸ ਆਪਾਂ ਡਾਈਟ ਠੀਕ ਨਹੀਂ ਖਾਂਦੇ ਹੂੰ ਠੀਕ ਹੈ ਲੇਡੀਜ਼ ਘੱਟ ਉਹ ਸਭ ਨੂੰ ਪਰਿਵਾਰ ਨੂੰ ਖਾਣ ਚ ਜੋਰ ਪਾਇਆ ਹੁੰਦਾ ਆਪਣਾ ਖਾਂਦੇ ਬੀਚਾਰੀ ਬਿਲਕੁਲ ਬਿਲਕੁਲ ਤੇ ਇਸ ਕਰਕੇ ਵੀਪੀ ਲੋ ਜਿਹੜਾ ਹੈਗਾ ਉਹ ਵੀ ਲੋਕੀ ਬਹੁਤ ਦੁਖੀ ਹੁੰਦੇ ਨੇ ਇਹਨਾਂ ਨੂੰ ਸਿਰੇ ਉਠਾ ਨਹੀਂ ਜਾਂਦਾ ਤੇ ਸਿਰ ਦਰਦ ਹੁੰਦਾ ਰਹਿੰਦਾ ਹੈ ਉਹ ਵੀ ਪੀਲਾ ਵਾਲਾ ਸਿਰ ਦਰਦ ਹੋਰ ਤਰੀਕੇ ਦਾ ਹੁੰਦਾ ਹੈ ਕਿ ਬਹੁਤ ਡਾਊਨ ਜਾ ਹੋ ਜਾਂਦਾ ਸਰੀਰ ਡਾਊਨ ਜੀ ਬੋਡੀ ਹੋ ਜਾਂਦੀ ਹੈ ਤੇ ਡਾਕਟਰ ਸਾਹਿਬ ਖਤਰਨਾਕ ਕਿਹੜਾ ਦੋਵਾਂ ਚੋਂ ਹਾਈ ਵਾਲਾ ਜ਼ਿਆਦਾ ਖਤਰਨਾਕ ਹੈ ਲੋਅ ਨੇ ਤਾਂ ਚਲੋ ਲੋ ਚੱਲਣਾ ਹੈ ਨਾ ਉਸ ਦਾ ਬੰਦੇ ਨੂੰ ਕਮਜ਼ੋਰੀ ਹੀ ਆਏਗੀ ਜੀ ਉਹਦੇ ਵਿੱਚ ਕੋਈ ਸਰੀਰ ਦੇ ਵਿੱਚ ਕੋਈ ਕਿਸੇ ਤਰੀਕੇ ਦਾ ਤੁਹਾਨੂੰ ਨੁਕਸਾਨ ਹੋਣ ਵਾਲਾ ਨਹੀਂ ਹੈ ਠੀਕ ਹੈ ਇਹ ਹੈ ਕਿ ਤੁਸੀਂ ਥੋੜਾ ਜਿਹਾ ਕੰਮ ਧੀਰੇ ਧੀਰੇ ਕਰ ਲੋਗੇ ਠੀਕ ਹੈ ਠੀਕ ਹੈ ਆਪਾਂ ਹਾਈ ਤੇ ਗੱਲ ਕਰਦੇ ਹਾਂ ਹਾਂਜੀ ਤੇ ਜਿਹੜਾ ਬੀਪੀ ਹਾਈ ਹੈ ਹੁਣ ਮੇਨ ਜਿਹੜੇ ਮੇਰੇ ਕੋ ਪੇਸ਼ੈਂਟ ਗਾਂ ਤੇ ਆਂਦੇ ਨੇ ਖਾਸ ਕਰ ਆਪਣੇ ਪੰਜਾਬੀ ਭਰਾ ਆਂਦੇ ਨੇ ਪਿੰਡਾਂ ਵਾਲੇ ਉਹ ਇਹ ਕਹਿੰਦੇ ਆ ਕਿ ਅਸੀਂ ਦਵਾਈ ਲਗਾਨੀ ਨਹੀਂ ਹੈ ਅੱਛਾ ਵੀ ਵੀ ਅਸੀਂ ਲਗਾਤਾਰ ਦਵਾਈ ਨਹੀਂ ਖਾਣੀ একদম ਠੀਕ ਕਰ ਦੋ একদম ਠੀਕ ਕਰ ਦੋ ਜਾਂ ਫਿਰ ਉਹ ਕਹਿੰਦੇ ਨੇ ਕਿ ਮੈਂ 5 ਮਿਲੀ ਦੀ ਖਾ ਰਹੀ ਆ ਮੈਂ ਕਈ ਵਾਰੀ ਹਫਤੇ ਚ ਤਿੰਨ ਦਿਨ ਖਾਨੀ ਆ ਤਿੰਨ ਦਿਨ ਛੱਡ ਦਿੰਦੀ ਆ ਹੁਣ ਮੈਂ ਤੁਹਾਨੂੰ ਦੱਸਦਾ ਆਂ ਕਿ ਆਪਾਂ ਰੋਜ਼ ਸਾ ਲੈਂਦੇ ਆਂ ਰੋਜ਼ ਬ੍ਰਸ਼ ਕਰਦੇ ਆਂ ਰੋਜ਼ ਰੋਟੀ ਖਾਂਦੇ ਆਂ ਜਿਹਨੂੰ ਦਵਾਈਆਂ ਜਿਹੜੀਆਂ ਚੱਲਦੀਆਂ ਵੀ ਆਂ ਅਸੀਂ ਦੇਖੋ ਬੀਪੀ ਠੀਕ ਕਰਨਾ ਹੈ ਚਾਹੇ ਤੁਸੀਂ ਡਾਈਟ ਨਾਲ ਠੀਕ ਕਰੋ ਚਾਹੇ ਤੁਸੀਂ ਸੈਰ ਨਾਲ ਠੀਕ ਕਰੋ ਐਕਸਰਸਾਈਜ਼ ਨਾਲ ਠੀਕ ਕਰੋ ਚਾਹੇ ਦਵਾਈਆਂ ਅਖੀਰ ਚੱਲਦੀਆਂ ਨੇ ਚਾਹੇ ਅਜਵਿਕ ਦਵਾਈਆਂ ਲਓ ਚਾਹੇ ਐਲੋਬੈਟਸ ਦਵਾਈਆਂ ਲਓ ਮੋਟੀ ਗੱਲ ਹੈ ਅਸੀਂ ਬੀਪੀ ਨੂੰ ਠੀਕ ਕਰਨਾ ਹੈ ਹੂੰ ਤੇ ਉਹ ਠੀਕ ਕਿਸੇ ਵੀ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਆਪਣਾ ਪ੍ਰੋਗਰਾਮ ਹੈਗਾ ਕਿ ਅਸੀਂ ਡਾਈਟ ਦੇ ਨਾਲ ਤੇ ਤੁਹਾਨੂੰ ਓਹ ਘਰੇਲੂ ਨੁਸਖੇ ਨਾਲ ਦੱਸਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੇ ਆਯੁਰਵੈਦਿਕ ਦਵਾਈਆਂ ਚੱਲਦੀਆਂ ਨੇ ਸੋ ਪਹਿਲਾਂ ਡਾਕਟਰ ਸਾਹਿਬ ਆਪਾਂ ਕੀ ਡਾਈਟ ਦੱਸਾਂ ਡਾਈਟ ਬਾਰੇ ਦੱਸਾਂਗੇ ਜਾਂ ਫਿਰ ਜਿਹੜੇ ਆਯੁਰਵੈਦਿਕ ਨੁਸਖੇ ਆਪਾਂ ਪਹਿਲੇ ਡਾਈਟ ਬਾਰੇ ਦੱਸ ਦਿਆਂ ਕਿ ਇਹ ਮਤਲਬ ਕਿ ਇਸ ਤਰ੍ਹਾਂ ਵਾਅਦਾ ਕਿਉਂ ਹੈਗਾ ਤੇ ਇਹ ਦੇਖੋ ਇੱਕ ਚੀਜ਼ ਹੋਰ ਨੁਕਸਾਨ ਇਹਦਾ ਕੀ ਹੁੰਦਾ ਪਹਿਲੇ ਇਨਸਾਨ ਦੇਖੋ ਇਹ ਨਾ ਬੇਸਿਕਲੀ ਬੀਪੀ ਵੱਧ ਗਿਆ ਤੁਹਾਨੂੰ ਤੁਹਾਨੂੰ ਕੁਝ ਨਹੀਂ ਹੋਏਗਾ ਤੁਹਾਡਾ ਪਹਿਲੇ ਹੈਡ ਸਿਰ ਦੁਖੇਗਾ ਫੇ ਥੋੜੇ ਦਿਨਾਂ ਬਾਅਦ ਕੀ ਹੋਏਗਾ ਕਿ ਤੁਹਾਨੂੰ ਆਦਤ ਪੈ ਜਾਏਗੀ 130 130 ਰਪਏ ਦੀ ਆਦਤ ਪੈ ਜਾਏਗੀ ਅੱਛਾ ਐਕਚੁਅਲ ਹੋ ਜਾਂਦਾ ਹੈ ਮਤਲਬ ਉਸੇ ਜੀ ਰਹਿੰਦੇ ਨੇ ਫਿਰ ਹਾਂ ਮੈਂ ਉਹਨਾਂ ਨੂੰ ਫਰਕੇ ਨਹੀਂ ਪੈਂਦਾ ਹਾਂ ਗੁੱਸੇ ਦੇ ਦਿੰਦੇ ਆ ਮਾੜੇ ਦੇ ਉਹਨਾਂ ਦਾ ਨੇਚਰ ਚੇਂਜ ਹੋ ਜਾਂਦੀ ਹੈ ਕਿਉਂਕਿ ਆਮ ਤੌਰ ਤੇ ਜਿਵੇਂ ਆਪਾਂ ਦੇਖਦੇ ਆ ਨਾ ਘਰਾਂ ਦੇ ਵਿੱਚ ਬਹੁਤ ਗੁੱਸੇ 'ਚ ਬੋਲਿਆ ਕੋਈ ਬੰਦਾ ਉਹ ਕਹੂਗਾ ਮੇਰਾ ਬੀਪੀ ਵਧਿਆ ਪਿਆ ਵਾਸ ਮੇਰੇ ਤੋਂ ਪਿੱਛੇ ਰਹੋ ਨਹੀਂ ਮੈਂ ਕੁਝ ਵੀ ਬੋਲ ਸਕਦਾ ਹਾਂ ਬਿਲਕੁਲ ਜਾੜਾ ਬੰਦੇ ਨੂੰ ਬੀਪੀ ਹਾਈ ਰਹਿੰਦਾ ਗੁੱਸਾ ਆਉਂਦਾ ਦੇਖੋ ਦੋਨੋਂ ਚੀਜ਼ਾਂ ਆਉਂਦੀਆਂ ਦੋਨੋਂ ਚੀਜ਼ਾਂ ਆਉਂਦੀਆਂ ਜਿਹੜੀ ਚੀਜ਼ਾਂ ਤਾਂ ਗੁੱਸਾ ਆਉਂਦਾ ਕਿਸੇ ਬੰਦੇ ਨੂੰ ਕਿਸੇ ਗੱਲ ਦੇ ਉੱਤੇ ਤੇ ਮਤਲਬ ਬੰਦਾ ਸ਼ਾਂਤ ਹੈ ਗੁੱਸਾ ਆ ਗਿਆ ਬੀਪੀ ਹਾਈ ਹੋਣਾ ਉਹ ਚੱਲਦਾ ਠੀਕ ਹੈ ਉਹ ਤਾਂ ਇੱਕ ਨੇਚਰਲ ਫੀਨੋਮਨਾ ਹੁੰਦਾ ਹੈ ਕਿ ਬਾਡੀ ਨੂੰ ਆਕਸੀਜਨ ਦੀ ਜ਼ਿਆਦਾ ਲੋੜ ਹੈਗੀ ਹੈ ਤੇ ਸ਼ਰੀਰ ਨੇ ਬੀਪੀ ਥੋੜਾ ਹਾਈ ਕਰਦਾ ਹੈ ਪ੍ਰੈਸ਼ਰ ਹਾਈ ਕਰਦਾ ਲੇਕਿਨ ਜਦ ਇਹ ਬੰਦੇ ਨੂੰ ਹਾਈ ਰਹਿੰਦਾ ਹੈ ਫੇਰ ਗੁੱਸਾ ਆਉਂਦਾ ਹੈ ਉਹ ਗਲਤ ਹੋ ਗਿਆ ਉਹ ਗਲਤ ਹੈ ਤੇ ਜਿਹੜਾ ਬੀਪੀ ਹਾਈ ਜਿਹੜਾ ਹੁੰਦਾ ਹੈ ਨਾ ਦੇਖੋ ਭਾਜੀ ਇਹ ਤੁਸੀਂ ਜੇਕਰ ਨਹੀਂ ਇਹਦਾ ਹੱਲ ਕਰੋਗੇ ਇੱਕ ਕਾਹਤ ਵਾਂਗੂ ਹਮਲਾ ਕਰੇਗਾ ਤੁਹਾਨੂੰ ਇਹਨੇ ਬਿਮਾਰੀਆਂ ਐਸੀਆਂ ਲਾਣੀਆਂ ਹੈ ਬੀਪੀ ਨੇ ਤੁਹਾਨੂੰ ਸਮਝ ਨਹੀਂ ਲੱਗਣਾ ਜਿਸ ਤਰ੍ਹਾਂ ਤੁਸੀਂ ਦੇਖਿਆ ਪਿੰਡਾਂ ਦੇ ਵਿੱਚ ਆਮ ਦੋਤੇ ਕਹਿੰਦੇ ਆ ਕਿ ਅਦਰੰਗ ਹੋ ਗਿਆ ਹਾਂਜੀ ਬਹੁਤ ਹੈ ਹਾਂ ਅਦਰੰਗ ਹੋ ਗਿਆ ਫਿਰ ਉਹ ਪਤਾ ਨਹੀਂ ਕਿਹੜੇ ਟੀਕੇ ਟੋਕੇ ਲਵਾਉਂਦੇ ਫਿਰਦੇ ਆ ਇਧਰ ਉਧਰ ਹਾਂਜੀ ਠੀਕ ਹੈ ਉਹ ਸਭ ਸਟੀਰੋਇਡ ਨੇ ਉਹ ਤੁਸੀਂ ਚੱਕਰਾਂ ਤੋਂ ਬਚੋ ਤੇ ਜਿਹੜੇ ਥਾਇਰੋਇਡ ਫਿਰ ਹਾਰਟ ਅਟੈਕ ਦਾ ਹਾਂ ਜਿਹੜੇ ਪਿੰਡਾਂ ਚ ਮੈਂ ਦੇਖਿਆ ਹੈ ਜਾਂ ਕਲੋਨੀਆ ਵਿੱਚ ਦੇਖਿਆ ਹੈ ਕਿ ਉਹ ਜੋ ਉੱਥੇ ਜੀ ਉਸ ਜਗ੍ਹਾ ਤੇ ਇੱਕ ਟੀਕਾ ਲਾੰਦਾ ਬੰਦਾ ਅਦਰੰਗ ਠੀਕ ਹੋ ਜਾਂਦਾ ਹੈ ਅਦਰੰਗ ਠੀਕ ਕਿਉਂ ਲਾ ਕਰਦੇ ਹੈ ਨਾ ਬੰਦੇ ਉਹ ਅੱਛੇ ਡਾਕਟਰ ਹੀ ਕਰਦੇ ਹੈ ਇਹ ਜਿਹੜੇ ਦੇਸੀ ਜਿਹੜੇ ਬੈਠੇ ਨੇ ਬੰਦੇ ਜਿਹੜੇ ਡਾਕਟਰ ਵੀ ਨਹੀਂ ਨੇ ਉਹਨਾਂ ਕੋਲੋਂ ਤੁਸੀਂ ਇਹ ਚੱਕਰ ਚ ਨਾ ਪਿਓ ਉਹ ਥਾਇਰੋਇਡ ਹੀ ਦੇਣਗੇ ਥਾਇਰੋਇਡ ਹੀ ਦੇਣਗੇ ਤੇ ਡਾਕਟਰ ਸਾਹਿਬ ਯਾਨੀ ਕਿ ਜਿਹੜਾ ਮਤਲਬ ਅਦਰੰਗ ਹੈ ਉਹਦੀ ਜੜ ਇਹ ਹੈ ਬੀਪੀ ਬੀਪੀ ਵਧਣਾ ਕਿਉਂਕਿ ਜੇ ਦਿਮਾਗ ਦੀ ਨਸ ਫਟੇ ਕਿ ਦੇਖੋ ਤੁਹਾਡੀ ਕੋ ਗੀ اگر ਸੱਜੇ ਵਾਸੇ ਵਾਸੇ ਫਟੇ ਨਰਸ ਤੇ ਤੁਹਾਡੀ ਖੂਨ ਇਕੱਠਾ ਹੋ ਜਾਏਗਾ ਤੇ ਤੁਹਾਡਾ ਖੰਬਾ ਪੱਸਾ ਗਿਆ ਅੱਛਾ ਅਗਰ ਖੱਪੇ ਪਾਸੇ ਫਟੇ ਕੀ ਨਰਸ ਤੇ ਤੁਹਾਡਾ ਸੱਜਾ ਪੱਸਾ ਗਿਆ ਤੇ ਇਸ ਤਰ੍ਹਾਂ ਹੁੰਦਾ ਹੈ ਤੇ ਇੱਕ ਤਾਂ ਇਹ ਅਦਰੰਗ ਪੈਦਾ ਕਰਦਾ ਹੈ ਨੰਬਰ 2 ਇਹ ਕਰਦਾ ਹੈ ਤੁਹਾਡੇ ਕਿਡਨੀ ਇਹ ਸਾਡੇ ਖੂਨ ਦੇ ਵਿੱਚੋਂ ਦੀ ਪਿਸ਼ਾਬ ਬੰਦਦਾ ਸਮਝੋ ਸਾਡਾ ਪਿਸ਼ਾਬ ਬੰਦਾ ਹੈ ਨਾ ਉਹ ਪਾਣੀ ਤੋਂ ਨਹੀਂ ਬੰਦਾ ਉਹ ਸਾਡੇ ਖੂਨ ਦੇ ਵਿੱਚ ਜਿਹੜਾ ਗੰਦ ਇਕੱਠਾ ਕੀਤਾ ਹੁੰਦਾ ਹੈ ਅਸੀਂ ਜੋ ਅਸੀਂ ਖਾਂਦੇ ਆ ਪ੍ਰੋਟੀਨ ਵਗੈਰਾ ਉੱਤੇ ਪਾਣੀ ਵੀ ਹੁੰਦਾ ਹੈ ਖੂਨ ਦੇ ਵਿੱਚ ਉਹ ਪਾਣੀ ਜਿਹੜਾ ਖੂਨ ਦਾ ਹੈਗਾ ਟਿਸ਼ੂ ਦਾ ਹੈਗਾ ਉਹ ਨਿਕਲਦਾ ਕਿਡਨੀ ਤੋਂ ਬਾਹਰ اچھا ਤੇ ਜਦ ਹੁਣ ਜਿਹੜੀ ਕਿਡਨੀ ਹੈਗੀ ਹੈ ਨਾ ਉਹਦੇ ਵਿੱਚ ਇਸ ਤਰ੍ਹਾਂ ਛਾਨਣੀ ਲੱਗੀ ਹੁੰਦੀ ਹੈ ਸੰਦੂਦ ਦੁੱਧ ਛਾਨਦੇ ਆ ਹਾਂਜੀ ਹੁਣ ਉਹ ਜਿਹੜਾ ਖੂਨ ਆਏਗਾ ਖੂਨ ਨੇ ਆਣਾ 120 80 ਤੇ ਬਣਿਆ ਹੋਇਆ ਪ੍ਰੋਗਰਾਮ ਜੀ ਠੀਕ ਹੈ ਹੁਣ ਜਦੋਂ ਤੁਹਾਡਾ ਖੂਨ ਆਏਗਾ ਉੱਪਰ ਵਾਲਾ ਕੀ ਹੈ 200 ਹੋ ਜਾਏਗਾ ਹੂੰ 180 ਹੋ ਜਾਂਦਾ ਹੈ 180 ਦੀ ਸਪੀਡ ਤੇ ਆਏਗਾ ਠੀਕ ਹੈ ਤੇ ਉਸ ਤੋਂ ਬਾਅਦ ਨੀਚੇ ਵਾਲਾ 80 ਹੁੰਦਾ ਉਦੋਂ ਕਿਡਨੀ ਨੂੰ ਸਾਹ ਮਿਲਦਾ ਹੈ 80 ਦੇ ਵਿੱਚ ਕੱਟ ਵੀ ਵੀ ਹੁੰਦਾ ਉਹ ਥੱਲੇ ਵਾਲਾ 80 ਦਾ ਸੋਇਆ ਹੁੰਦਾ ਬਹੁਤ ਜ਼ਿਆਦਾ ਕਿਡਨੀ ਨੂੰ ਸਾਹ ਹੀ ਨਹੀਂ ਮਿਲਦਾ ਉਹ ਇਨੀ ਜ਼ੋਰ ਦੀ ਜਦ ਬਾਹਰ ਆਏਗੀ ਖੂਨ ਦੀ ਤੇ ਉਥੋਂ ਦੀ ਪਿਸ਼ਾਬ ਨਿਕਲੇਗਾ ਤੇ ਜਿਹੜੀ ਉਹ ਛੰਨਣੀ ਹੈ ਨਾ ਸਾਡੀ ਖਰਾਬ ਹੋ ਜਾਂਦੀ ਹੈ ਉਹਨੂੰ ਆਪਾਂ ਕਹਿੰਦੇ ਛੱਡਣ ਨੂੰ ਕਹਿੰਦੇ ਨੇਫਰونز ਪਰ ਮਾਇ ਦਾ ਨਾਮ ਹੈਗਾ ਨੇਫਰਾਈਟਿਸ ਠੀਕ ਹੈ ਤੇ ਨੇਫਰੋਨ ਸਾਡੇ ਕੋਲ ਮਿਲੀਅਨਸ ਦੇ ਵਿੱਚ ਹੈਗੇ ਨੇ ਇਹ ਨਹੀਂ ਆ ਬੀਪੀ ਦਾ ਵਧ ਕੇ ਜੇ ਤੁਹਾਨੂੰ ਤੁਹਾਡਾ ਕਿਡਨੀ ਖਰਾਬ ਹੋ ਜਾਏਗੀ ਇਸ ਤਰ੍ਹਾਂ ਨਹੀਂ ਹੈ ਲੇਕਿਨ ਤੁਸੀਂ ਲਗਾਤਾਰ ਅਗਰ 10 ਸਾਲ 15 ਸਾਲ ਬੀਪੀ ਦਾ ਇਲਾਜ ਨਾ ਕਰਾਇਆ ਤਾਂ ਗਰੰਟੀ ਖਰਾਬ ਹੋਣਗੀਆ ਉਨੂੰ ਅਸੀਂ ਕਹਿੰਦੇ ਆ ਸੀਕੇਡੀ ਕ੍ਰੋਨਿਕ ਕਿਡਨੀ ਫੇਲਿਅਰ ਮਤਲਬ ਕਿ ਕ੍ਰੋਨਿਕ ਮਤਲਬ ਕਿ ਪੁਰਾਣਾ ਹਮਮ ਕਿਰਨੀ ਜਿਹੜੀ ਹੌਲੀ ਹੌਲੀ ਕੰਮ ਕਰਨਾ ਘਟ ਜਾਂਦੀ ਹੈ ਉਹ ਜਿਹੜੀ ਛਲਣੀਆਂ ਹੈਗੀਆਂ ਖਰਾਬ ਹੋਣੀ ਸ਼ੁਰੂ ਹੋ ਜਾਂਦੀਆਂ ਤੇ ਉਹ ਉਹ ਫੇਲਿਅਰ ਹੋ ਜਾਂਦਾ ਜੀ ਯਾਨੀ ਕਿ ਦੋ ਵੱਡੀਆਂ ਬਿਮਾਰੀਆਂ ਨੇ ਇਹ ਹੋਰ ਵੀ ਹੋਰ ਇਹ ਚ ਇਹ ਹੈਗੀ ਅਗਰ ਸਾਡਾ ਬੀਪੀ ਵਧਿਆ ਹੈ ਕੋਲੈਸਟ੍ਰੋਲ ਹਾਈ ਹੈ ਜਾਂ ਟੀਜੀ ਹਾਈ ਹੈ ਹਾਂਜੀ ਜਾਂ ਗੰਦ ਵਾਲਾ ਤੇਲ ਸਾਡਾ ਖੂਨ ਗਾੜਾ ਹੋ ਗਿਆ ਹੈ ਹਾਂਜੀ ਫਿਰ ਇਹ ਕੀ ਕਰਦਾ ਹੈ ਕਿ ਇਹ ਜਿਹੜਾ ਕੋ ਹੜੜੜਕ ਹਾਰਟ ਹੈ ਨਾ ਕਹਦਾ ਦਿਲ ਲੱਗਾ ਸਭ ਤੋਂ ਪਹਿਲੇ ਜਿਹੜੀ ਉਹਦੀ ਨਸਬਾਰ ਨਿਕਲਦੀ ਹੈ ਖੂਨ ਦੀ ਇਹ ਉਟਾ ਉਹ ਪਹਿਲਾ ਭੋਗ ਆਪਣੇ ਆਪ ਨੂੰ ਲਾਂਦਾ ਹੈ ਅੱਛਾ ਪਹਿਲਾ ਖੂਨ ਜਿਹੜਾ ਨਿਕਲਦਾ ਨਾ ਹਾਰਟ ਚੋਂ ਉਹ ਹਾਰਟ ਨੂੰ ਹੀ ਜਾਂਦਾ ਹੈ ਅੱਛਾ ਹਾਂ ਕਿਉਂਕਿ ਹਾਰਟ ਨੂੰ ਖੁਦ ਵੀ ਜਿੰਦਾ ਨਾ ਨਾ ਉਹ ਸਾਫ ਤੋਂ ਸਾਫ ਖੂਨ ਜਿਹੜਾ ਹੁੰਦਾ ਹੈ ਉਹ ਹਾਰਟ ਨੂੰ ਜਾਂਦਾ ਹੈ। ਨੁਕਸਾਨ ਕੀ ਹੋਏਗਾ ਇੱਥੇ? ਜਦ ਤੁਹਾਡਾ ਖੂਨ ਹਾਰਟ ਨੂੰ ਜਾ ਰਿਹਾ ਹੈ, ਤੁਹਾਡਾ ਬੀਪੀ ਹਾਈ ਹੈ, ਤੁਹਾਡੇ ਖੂਨ ਦੇ ਵਿੱਚ ਗੰਦ ਹੈ। ਜਿਹੜੀਆਂ ਹਾਰਟ ਦੀਆਂ ਨਾ ਹੈਗੀਆਂ ਖੂਨ ਦੀਆਂ ਆਰਟਰੀ ਸੈ ਕੋਰਨਰੀ ਆਰਟਰੀਸ ਹੈਗੀਆਂ ਉਹ ਬਲੌਕ ਹੁੰਦੀਆਂ। ਅੱਛਾ। ਫਿਰ ਤੁਸੀਂ ਕਹਿੰਦੇ ਹੋ ਕਿ ਮਾੜਾ ਦਰਦ ਹੋਇਆ ਡਾਕਟਰ ਨੇ ਸਟੈਂਟ ਪਾ ਦਿੱਤੇ। ਤੇ ਜਦ ਇੱਕ ਹੋਰ, ਜਦ ਸਾਡਾ ਹਾਰਟ ਦੇ ਵਿੱਚ ਦਰਦ ਹੁੰਦਾ ਨਾ, ਜਿਹੜੀ ਬਲੌਕਿੰਗ ਹੁੰਦੀ ਹੈ। ਸਾਡੀ ਅਗਰ 100 ਚੋਂ 70 ਪੈਸੇ ਬਲੌਕਿੰਗ ਹੋਏਗੀ ਨਾ ਤਾਂ ਦਰਦ ਹੋਏਗੀ ਤਾਂ ਦਰਦ ਹੋਏਗੀ ਅਗਰ 20 ਵੈਸੇ 30 ਪੈਸੇ 40 ਵੈਸੇ ਬਲੌਕਿੰਗ ਹੈਗੀਏ ਤਾਂ ਉਹ ਦਿਲ ਚ ਅੰਜਾਇਨਾ ਪੇਨ ਨਹੀਂ ਹੋਏਗੀ ਜੀ ਅਸੀਂ ਡਾਕਟਰ ਨੂੰ ਬਲੇਮ ਕਰਦੇ ਆ ਉਹ ਮੈਨੂੰ ਮੜ ਜੀ ਦਰਦ ਹੋਈ ਡਾਕਟਰ ਨੇ ਸਟੰਟ ਪਾਤਾ ਸਟੰਟ ਪਾਤਾ ਹਾਂਜੀ ਉਹ ਦਰਦ ਤਾਂ ਹੁੰਦੀ ਹੈ ਜਦ 70% ਬਲੌਕ ਹੁੰਦਾ ਹੈ ਅੱਛਾ 70% ਬਲੌਕ ਹੁੰਦਾ ਬਲੌਕ ਹੋ ਜਾਂਦਾ ਹਾਂ ਤੇ ਕਹਿੰਦਾ ਮਤਲਬ ਇਹ ਪਤਾ ਨਹੀਂ ਲੱਗਦਾ ਐਂਡ ਤੇ ਜਾ ਕੇ ਹੁੰਦਾ ਹੈ ਦਰਦ ਉਹ ਇਹਦਾ ਹੱਲ ਕੀ ਹੈ ਹਾਲੇ ਤਾਂ ਇਹ ਹੈ ਕਿ ਆਪਾਂ ਟੈਸਟ ਕਰ ਰਹੇ ਹਾਂ ਜਿਹੜੇ ਆਪਣੇ ਖੂਨ ਦੇ ਹੈਗੇ ਆ ਲਿਪਿਡ ਪ੍ਰੋਫਾਈਲ ਕੋਲੀਸਟਰੋਲ ਲੈਵਲ ਕੀ ਹੈਗਾ ਕੀ ਨਹੀਂ ਖਾਣਾ ਪੀਣਾ ਠੀਕ ਰੱਖੀਏ ਤਲੀਆਂ ਚੀਜ਼ਾਂ ਨਾ ਖਾਈਏ ਜਿਆਦਾ ਤਾਂ ਮੈਂ ਨਮਕ ਵਾਲੇ ਦੱਸੂਗਾ ਬਾਅਦ ਚੋ ਤਲੀਆਂ ਚੀਜ਼ਾਂ ਨਾ ਖਾਈਏ ਗੰਧੀਆਂ ਫੈਟੀ ਚੀਜ਼ਾਂ ਬਹੁਤ ਜ਼ਿਆਦਾ ਮਿੱਠੀਆਂ ਚੀਜ਼ਾਂ ਨਾ ਖਾਈਏ ਜਿੰਨਾ ਸਾਡੇ ਖੂਨ ਦੇ ਵਿੱਚ ਗੰਦ ਬੰਦ ਹੈ ਟੀਜੀ ਵਧਦੇ ਨੇ ਇੱਕ ਗੰਦੇ ਜਿਹੜੇ ਫੈਟ ਵਧਦੇ ਨੇ ਉਹ ਬਲੌਕ ਕਰਦੇ ਨੇ ਤੇ ਹਾਰਟ ਦੇ ਵਿੱਚ ਆ ਫਰੇ ਸਟੰਟ ਨਾਰਮਲੀ ਆ ਤਿੰਨ ਬਿਮਾਰੀਆਂ ਨੇ ਆ ਤਿੰਨੋਂ ਖਤਰਨਾਕ ਆ ਦੇਖੋ ਤੇ ਡਾਕਟਰ ਸਾਹਿਬ ਇਹ ਬੀਪੀ ਵਧਦਾ ਕਿਉਂ ਹੈ ਇਵੇਂ ਨਿਆ ਬੰਦੇ ਇਹ ਦੇਖੋ ਬੰਦੇ ਦੇ ਦੋ ਕਾਰਨ ਹੈ ਇੱਕ ਕਾਰਨ ਹੈਗਾ ਪ੍ਰਾਇਮਰੀ ਕਹਿੰਦੇ ਆ ਜਿੱਦਾਂ ਕੋਈ ਕਾਰਨ ਨਹੀਂ ਹੈ ਅੱਛਾ ਨਾ ਕਈ ਬੰਦੇ ਐਸੇ ਆ ਗਏ ਜਿਨ੍ਹਾਂ ਨੂੰ ਕੋਈ ਤਕਲੀਫ ਹੀ ਨਹੀਂ ਹੈਗੇ ਬੀਪੀ ਵੱਧਾ ਹਾਂਜੀ ਉਹਨੂੰ ਆਪਾਂ ਪ੍ਰਾਇਮਰੀ ਕਹਿ ਦਿੰਦੇ ਆ ਉਹਦੀ ਦਵਾਈਆਂ ਅਲੱਗ ਹੁੰਦੀਆਂ ਇੱਕ ਹੁੰਦਾ ਹੈ ਸੈਕੰਡਰੀ ਸੈਕੰਡਰੀ ਇਹ ਹੁੰਦਾ ਹੈ ਕਿ ਕਿਸੇ ਬਿਮਾਰੀ ਕਰਕੇ ਵੱਧ ਗਿਆ ਅੱਛਾ ਜਿਸ ਤਰ੍ਹਾਂ ਕਿਸੇ ਨੂੰ ਕਿਡਨੀ ਕਿਸੇ ਹੋਰ ਕਾਰਨ ਖਰਾਬ ਹੋ ਗਈ ਠੀਕ ਹੈ ਬੀਪੀ ਆ ਰਕੇ ਨਹੀਂ ਕਿਸੇ ਇਨਫੈਕਸ਼ਨ ਹੋ ਗਈ ਤਾਂ ਵੱਧ ਗਿਆ ਜਾਂ ਡਾਇਬੀਟਿਕ ਬੰਦੇ ਨੂੰ ਜੀ ਇਹਨਾਂ ਨੂੰ 슈ગર ਹੈਗੀ ਐ ਜਿਨ੍ਹਾਂ ਨੂੰ 슈ગર ਹੈਗੀ ਐ ਉਹਨਾਂ ਦੇ ਖੂਨ ਦੇ ਵਿੱਚ ਕੋਲੇਸਟ੍ਰੋਲ ਲੈਵਲ ਹਾਈ ਰਹਿੰਦਾ ਹੈ ਉਹਨਾਂ ਦਾ ਬੀਪੀ ਹਾਈ ਹੋਣੀ ਹੋਣਾ ਹੁੰਦਾ ਹੈ ਜਦ ਸਾਨੂੰ ਕੋਈ ਕਾਰਨ ਪਤਾ ਹੋਵੇ ਕਿ ਇਹ ਕਿਸੇ ਹੋਰ ਬਿਮਾਰੀ ਕਰਕੇ ਵਧਿਆ ਹੈ ਬੀਪੀ ਬੀਪੀ ਸੈਕੰਡਰੀ ਹੈ ਬੀਪੀ ਮਤਲਬ ਬਾਅਦ ਹੀ ਗੱਲ ਹੈ ਇਹ ਬਿਮਾਰੀ ਪਹਿਲੇ ਉਹ ਠੀਕ ਕਰੋ ਜੀ ਤੁਹਾਡੀ 슈ગર ਦੀ ਬਿਮਾਰੀ ਹੈਗੀ ਤੇ ਪਹਿਲੇ ਤੁਸੀਂ 슈ગર ਨੂੰ ਠੀਕ ਕਰੋ ਤਾਂ ਬੀਪੀ ਨੇ ਠੀਕ ਹੋਣਾ ਹੈ ਤੇ ਸ਼ੂਗਰ ਦੀ ਮਾਰੀ ਤੁਸੀਂ ਬੀਪੀ ਦਾ ਇਲਾਜ ਕਰਾਈ ਜਾਓ ਕਿਤਾ ਉਹਨੇ ਕੁਝ ਨਹੀਂ ਕਰਨਾ ਕਿਉਂਕਿ ਤੁਹਾਨੂੰ ਬਈ ਸ਼ੂਗਰ ਨਹੀਂ ਚਾਹੀਦੀ ਆ ਉਹ ਹੁੰਦੀ ਹੈ ਸਕੈਂਟਰੀ ਦੋ ਤਰੀਕੇ ਦੇ ਬੀਪੀ ਹੈ ਪ੍ਰਾਇਮਰੀ ਉਹ ਹੁੰਦਾ ਹੈ ਕਿ ਕਿਸੇ ਬੰਦੇ ਨੂੰ ਕੋਈ ਤਕਲੀਫ ਹੀ ਹੈ ਨਹੀਂ ਹਮਮ ਕਿਡਨੀ ਵੀ ਠੀਕ ਹੈ ਉਹਦਾ ਕਿਡਨੀ ਵੀ ਠੀਕ ਹੈਗੀ ਹੈ ਸਭ ਕੁਝ ਠੀਕ ਹੈ ਉਹਦਾ ਦਿਲ ਦੇ ਵਿੱਚ ਆਪਣਾ ਆਪਣਾ ਡਾਇਬਟਿਕਸ ਵੀ ਨਹੀਂ ਆਏਗੀ ਸ਼ੂਗਰ ਵੀ ਨਹੀਂ ਹੈਗੀ ਉਹ ਫੇਰ ਵੱਧ ਗਿਆ ਖੂਨ ਉਹਨੂੰ ਅਸੀਂ ਪ੍ਰਾਇਮਰੀ ਕਹਿੰਦੇ ਆ ਪ੍ਰਾਇਮਰੀ ਵਾਲੇ ਕੇਸ ਜ਼ਿਆਦਾ ਨਹੀਂ अच्छा प्राइमरी वाले केस ज्यादा ਨੇ बट सेकेंडरी वाले बंदे उन तक डॉक्टर ਕੋਲ ਜਾ ਰਹੇ ਹੁੰਦੇ ਹਨ ਨਾ ਉਹ ਜਿਨ੍ਹਾਂ ਨੂੰ ਕੋਈ ਡਾਇਬਟੀਸ ਹੈਗੀ ਹੈ ਉਹ ਡਾਕਟਰ ਕੋਲ ਜਾਂਦਾ ਜਾਏਗਾ ਹੈ ਨਾ ਟ੍ਰੀਟਮੈਂਟ ਚੱਲਦਾ ਅੱਛਾ ਇੱਕ ਚੀਜ਼ ਹੋਰ ਹੈ ਤੇ ਡਾਕਟਰ ਤਾਂ ਦਵਾਈ ਨਿਕ ਦਿੰਦੇ ਆ ਸ਼ੂਗਰ ਵਾਲੇ ਬੰਦੇ ਨੂੰ ਕਿ ਬੀਪੀ ਦੀ ਤੇ ਇਹਨਾਂ ਲੋਕੀ ਦਿਮਾਗ ਰਾਂਦੇ ਆ ਮੈਨਾਂ ਬੀਪੀ ਤਾਂ ਠੀਕ ਆਂਦਾ ਹੈ ਡਾਕਟਰ ਨੇ ਦਵਾਈ ਬਦਲ ਕਿਉਂ ਨਿਕਤੀ ਮੈਂ ਸ਼ੂਗਰ ਦੀ ਖਾਉਂਗੀ ਬੀਪੀ ਦੀ ਨਹੀਂ ਖਾਣੀ ਇਹ ਗਲਤੀ ਨਹੀਂ ਕਰਨੀ ਡਾਕਟਰ ਸਿਆਣੇ ਹੁੰਦੇ ਆ ਡਾਕਟਰਾਂ ਨੂੰ ਪਤਾ ਹੁੰਦਾ ਹੈ ਕਿ ਤੁਹਾਡੇ ਸ਼ੂਗਰ ਕਰਕੇ ਕਦੀ ਵੀ ਦਨ ਦੇ ਵਿੱਚ ਜਿਉਰੀ ਨਹੀਂ ਹੈ ਕਿ ਹਮੇਸ਼ਾ ਬੀਪੀ ਹਾਈ ਰਹੇ ਚਾਰ ਪੰਜ ਘੰਟੇ ਲਈ ਥੋੜਾ ਹਾਈ ਹੋ ਸਕਦਾ ਹੈ ਤੇ ਇਸ ਕਰਕੇ ਡਾਕਟਰਸ ਤੇ ਫੇਥ ਰੱਖੋ ਉਹ ਤੋਂ ਬਚਾਉਣ ਦੇ ਲਈ ਪਹਿਲਾਂ ਹੀ ਟਰੀਟਮੈਂਟ ਹਾਂ ਉਹਨਾਂ ਕੋਲ ਡਾਕਟਰ ਕੋਈ ਮਤਲਬ ਉਹ ਨਹੀਂ ਆਈ ਤੁਹਾਨੂੰ ਇੰਟਰਸਟ ਕਿ ਦਵਾਈਆਂ ਜ਼ਿਆਦਾ ਦੇਣੀ ਹੈ ਤੇ ਤੁਸੀਂ ਉਹ ਚੀਜ਼ਾਂ ਨੂੰ ਫਾਲੋ ਕਰੋ ਫਾਲੋ ਕਰੋ ਸੋ ਡਾਕਟਰ ਸਾਹਿਬ ਹੁਣ ਆਪਾਂ ਡਾਈਟ ਤੇ ਆ ਜਾਈਏ ਕਿ ਡਾਈਟ ਕਿਹੜੀ ਲੈਣੀ ਹੈ ਕਿਹੜੀ ਨਹੀਂ ਲੈਣੀ ਹਾਈ ਬੀਪੀ ਨੂੰ ਕੰਟਰੋਲ ਕਰਾਂਗੇ ਦੇਖੋ ਜਿਹੜੇ ਬੰਦੇ ਇਸ ਤਰ੍ਹਾਂ ਅਲਕੋਹਲ ਜ਼ਿਆਦਾ ਪੀਦੇ ਹੂੰ ਠੀਕ ਹੈ ਉਹ ਛੱਡ ਦੇ ਇਹਦਾ ਮਤਲਬ ਸਾਰੀਆਂ ਬਿਮਾਰੀਆਂ ਦੀ ਜੜ ਹੈ ਉਹ ਤਾਂ ਹੈ ਹੀ ਹੈ ਜੀ ਤੇ ਹੁਣ ਮੈਂ ਇਹ ਕਹਿ ਦਵਾਂ ਕਿ ਜਿਹੜੀ ਪ੍ਰਸਕ੍ਰਾਈਬਡ ਡੋਸ ਹੈਗੀ ਹੈ ਉਹ 60 ml ਅਲਕੋਹਲ ਦੀ ਉਹ ਫਾਇਦਾ ਨਹੀਂ ਹੈ ਠੀਕ ਹੈ ਜਦ ਬੰਦੇ ਖੋਲਦੇ ਹੈ ਬੋਤਲਾਂ ਦੇ ਫਿਰ ਪਤਾ ਹੀ ਹੈ 60 ml ਦੇ ਇੱਕ ਪੈਗ ਲੱਗਦੇ ਹੈ ਇਹਦਾ ਪੱਕੀ ਗੱਲ ਹੈ 60 ml ਲੱਗਦੇ ਹੈ ਪਰ ਲੱਗਦੇ 5 6 ਹੈ 5 6 ਹੈ ਜੀ ਤੇ ਤੇ ਅਲਕੋਹਲ ਨੂੰ ਅਵੋਇਡ ਕਰੋ ਮੋਟਾ ਮੋਟਾ ਹੈ ਨਾ ਜੀ ਨੰਬਰ ਦੋਸ ਇਹ ਬੰਦੇ স্মੋਕਿੰਗ ਕਰਦੇ ਹੈ ਹੂੰ স্মੋਕਿੰਗ ਨਾਲ ਕੀ ਹੁੰਦਾ ਹੈ ਕਿ ਆਕਸੀਜਨ ਘਿਰਦੀ ਹੈ ਜੇ ਜ਼ਿਆਦਾ ਆਕਸੀਜਨ ਘਰੇਗੀ ਸਾਡੇ ਖੂਨ ਦੀ ਬੀਪੀ ਦਾ ਦੌਰਾ ਵੱਜ ਜਾਏਗਾ ਨਾ ਜੀ ਕਿਉਂਕਿ ਸਾਨੂੰ ਸਾਡੇ ਟਿਸ਼ੂਜ਼ ਨੂੰ ਆਕਸੀਜਨ ਚਾਹੀਦੀ ਹੈ ਜੀ ਤੇ ਜਿਹੜੇ ਬੰਦੇ ਕੈਫੀਨ ਮਤਲਬ ਕਿ ਚਾਹ ਬਹੁਤ ਤਿੱਖੀ ਪੀਂਦੇ ਆ ਹਮਮ ਕਾਫੀ ਜ਼ਿਆਦਾ ਪੀਂਦੇ ਨੇ ਜੀ ਜੀ ਉਹਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਐਡਰਲਨ ਐਡਰਲਨ ਹਾਰਮੋਨ ਹੁੰਦਾ ਚਾਹ ਪੀ ਕੇ ਸਾਨੂੰ ਨਾ ਥੋੜੀ ਚੁਸਤੀ ਜੀ ਆ ਜਾਂਦੀ ਹੈ ਠੀਕ ਹੈ ਉਹ ਕੀ ਕਰਦੀ ਹੈ ਐਡਰਲਨ ਸਾਡੇ ਜਿਹੜੀਆਂ ਨਸਾਂ ਨੇ ਖੂਨ ਦੀਆਂ ਉਹਨੂੰ ਪਤਲਾ ਕਰ ਦਿੰਦੀ ਹੈ ਠੀਕ ਹੈ ਉਹਨੂੰ ਪਤਲਾ ਕਰ ਦਿੰਦੀ ਹੈ ਜੇ ਖੂਨ ਜਾਂ ਪਤਲਾ ਹੋਏਗਾ ਦਸਪਤੀ ਹੋਏਗੀ ਤਾਂ ਪ੍ਰੈਸ਼ਰ ਵੱਜੇਗਾ ਹਮ ਸਮਝ ਗਏ ਨਾ ਜੀ ਜੀ ਅਗਰ ਨਸਮੋਟਿਵ ਹੋਏਗੀ ਤਾਂ ਪ੍ਰੈਸ਼ਰ ਘਟ ਦੇਗਾ ਠੀਕ ਹੈ ਤੇ ਇਸ ਕਰਕੇ ਜਿਹੜੀ ਹੈਗੀ ਹੈ ਕੈਫੀਨ ਦਾ ਵੀ ਜਿਹੜਾ ਬੀਪੀ ਹਾਈ ਰੰਦਾ ਹੈ ਚਾਹ ਦੇ ਇਨ ਤਿਆਗ ਦੇਣ ਜਾਂ ਆਪਣੀਆਂ ਗ੍ਰੀਨ ਟੀ ਵਗਰਾ ਹੁੰਦੀਆਂ ਉਹ ਪੀ ਲੈਣ ਜੀ ਤੇ ਨੰਬਰ 2 ਬੈਲੀ ਫੈਟ ਜਿਹਨਾਂ ਨੂੰ ਫੈਟੀ ਬੰਦੇ ਆਗੇ ਜਿਹਨਾਂ ਟਿੱਡ ਬਹੁਤ ਵਧਿਆ ਹੋਇਆ ਹੈ ਉਹਨਾਂ ਦੇ ਬੀਪੀ ਵਧਦੇ ਨੇ ਉਹ ਪਹਿਲੇ ਆਪਣਾ ਫੈਟ ਵੀ ਘਟਾਉਣ ਨਾਲ ਦੇ ਨਾਲ ਜੀ ਜੀ ਤੇ ਡਾਰਕ ਚਾਕਲੇਟਸ ਅੱਛੀਆਂ ਹੁੰਦੀਆਂ ਇਹਦੇ ਵਾਸਤੇ ਤੇ ਇਹਦੇ ਵਾਸਤੇ ਇੱਕ ਚੀਜ਼ ਤੇ ਮੈਂ ਹੋਰ ਦੱਸਦਾ ਹਾਂ ਬੀਪੀ ਵਾਸਤੇ ਕਿ ਜਿਹੜਾ ਇਹਦਾ ਨਮਕ ਜ਼ਿਆਦਾ ਖਾਣੇ ਹੈ ਸੋਡੀਅਮ ਜੀ ਸੋਡੀਅਮ ਜ਼ਿਆਦਾ ਖਾਂਦੇ ਆ ਅਸੀਂ ਸੋਡੀਅਮ ਕੀ ਕਰਦਾ ਹੈ ਕਿ ਸਾਡੇ ਸਰੀਰ ਦੇ ਵਿੱਚ ਪਾਣੀ ਨੂੰ ਇਕੱਠਾ ਕਰਦਾ ਹੈ ਠੀਕ ਹੈ ਜਦ ਖੂਨ ਦੇ ਵਿੱਚ ਪਾਣੀ ਜ਼ਿਆਦਾ ਆ ਜਾਏਗਾ ਤੇ ਖੂਨ ਦੀ ਵੋਲਿਊਮ ਵਧ ਗਈ ਨਾ ਜੀ ਜੀ ਪੈਸੇ ਵਧ ਗਿਆ ਜੀ ਤੇ ਇਹਦਾ ਹੱਲ ਕੀ ਹੈ ਪੋਟਾਸ਼ੀਅਮ ਹੁਣ ਪੋਟਾਸ਼ੀਅਮ ਜਿਹੜਾ ਹੈਗਾ ਉਹ ਸਾਡੇ ਸਰੀਰ ਚੋਂ ਪਾਣੀ ਕੱਢਦਾ ਹੈ ਠੀਕ ਹੈ ਤੇ ਸਾਡੇ ਸਰੀਰ ਨੇ ਆਟੋਮੈਟਿਕ ਸੋਡੀਅਮ ਤੇ ਪੋਟਾਸ਼ੀਅਮ ਦਾ ਬੈਲੈਂਸ ਕੀਤਾ ਹੁੰਦਾ ਹੈ ਜੀ ਪੰਗੇ ਅਸੀਂ ਪਾਉਂਦੇ ਆ ਸੋਡੀਅਮ ਜ਼ਿਆਦਾ ਖਾ ਕੇ ਜੀ ਤੇ ਜਦ ਜ਼ਿਆਦਾ ਸੋਡੀਅਮ ਖਾਵਾਂਗੇ ਬਾਡੀ ਵਿੱਚ ਸੋਡੀਅਮ ਜ਼ਿਆਦਾ ਆ ਜਾਏਗਾ ਸਰੀਰ ਕਿੰਨਾ ਕੱਢੇਗਾ ਹੂੰ ਸਰੀਰ ਕਿੰਨਾ ਕ ਪੋਟਾਸ਼ੀਅਮ ਬਣਾਏਗਾ ਜੀ ਜੀ ਪੋਟਾਸ਼ੀਅਮ ਜ਼ਿਆਦਾ ਬਦਾਨਾ ਵੀ ਠੀਕ ਨਹੀਂ ਹੈ ਸਰੀਰ ਵਾਸਤੇ ਤੇ ਇਸ ਕਰਕੇ ਉਹ ਫੇ ਬੰਦੇ ਉਹ ਤਾਂ ਉਹਨਾਂ ਦੇ ਪੈਰਾਂ ਸੋਜੀਸ਼ ਆ ਜਾਂਦੀ ਹੈ ਜੀ ਜਰ ਆਪਾਂ ਪਾਈਆਂ ਹੁੰਦੀਆਂ ਕਦੀ ਜਰ ਆਪਾਂ ਦਾ ਲਾਸਟ ਚੱਕੇ ਦੇਖੋ ਥੱਲੇ ਪੈਰ ਸੋਜੀਸ਼ ਹੈਗੀ ਹੈ ਡਾਕਟਰ ਨੂੰ ਗੱਲ ਕਰੋ ਠੀਕ ਹੈ ਉਹਦੀ ਮੈਂ ਥੋੜਾ ਸੋਡੀਅਮ ਜ਼ਿਆਦਾ ਆ ਰਿਹਾ ਠੀਕ ਹੈ ਮੋਟੀ ਮੋਟੀ ਨਿਸ਼ਾਨੀ ਹੈ ਤੇ ਹੁਣ ਪੋਟਾਸ਼ੀਅਮ ਮਿਲਦਾ ਕਿੱਥੋਂ ਹੈ ਪੋਟਾਸ਼ੀਅਮ ਦਾ ਸੋਰਸ ਕੀ ਹੈ ਜੀ ਨਮ ਅਜਿਹਾ ਰੌਕ ਸਾਲਟ ਮਿਲਦਾ ਇੱਕੋ ਚੀਜ਼ ਹੈਗੀ ਹੈ ਉਹ ਜੇ ਪਾਕਿਸਤਾਨ ਨਮਕ ਕਹਿੰਦੇ ਨੇ ਇਹਦੇ ਵਿੱਚ ਕਿ ਇਹ ਇਹ ਦੇਖੋ ਇਹ ਆ ਨਮਕ ਹੈਗਾ ਨਾ ਇਹ ਜਿਆਦਾ ਨਮਕੀਨ ਨਹੀਂ ਹੁੰਦਾ ਜੀ ਜਿਹੜਾ ਦੂਜੇ ਸਾਲਟ ਆਉਂਦੇ ਨੇ ਆ ਨਾਰਮਲ ਸੋਡੀਅਮ ਵਾਲੇ ਉਹ ਤਾਂ ਮਾੜਾ ਜਿਹਾ ਪਾਓ ਪੂਰਾ ਕੌੜਾ ਹੋ ਜਾਂਦਾ ਹੈ ਜੀ ਤੇ ਜਿਹੜੇ ਨਮਕ ਵਿੱਚ ਨਮਕੀਨ ਘੱਟ ਹੈ ਜੀ ਤੇ ਆਪਾਂ ਉਹਦਾ ਸੇਵਨ ਕਰੀਏ ਤੇ ਐਕਸਟਰਾ ਨਹੀਂ ਪਾਣਾ ਨਮਕ ਜਿਸ ਤਰ੍ਹਾਂ ਆਪਾਂ ਐਕਸਟਰਾ ਪਾ ਲੈਂਦੇ ਆ ਕਿ ਇਹ ਸਰਾਪ ਸਲਾਦ ਖਾ ਰਹੇ ਆ ਠੀਕ ਹੈ ਸਲਾਦ ਚ ਨੂਨ ਛੁੱਟ ਦਿੰਨੇ ਆ ਨੂਨ ਨਹੀਂ ਛੁੱਟਣਾ ਐਕਸਟਰਾ ਤਮਕ ਨਹੀਂ ਪਾਣਾ ਅਚਾਰ ਚ ਨੂਮਕ ਬਹੁਤ ਜ਼ਿਆਦਾ ਪਾਉਂਦੇ ਆ ਜਾਂ 4 ਪਾਉਂਦਾ ਨਾ ਥੈਲੀਆਂ 2-3 ਕਿਲੋ ਦੀਆਂ ਪਾ ਦਿੰਦੇ ਨੂਨ ਦੀਆਂ ਕਿ ਅਚਾਰ ਨਾ ਖਰਾਬ ਹੋ ਜਾਏ ਚਾਹ ਬਿਫੀ ਬਾਜੇ ਵੇਰ ਬਾਤ ਚ ਉਹ ਤੁਹਾਡੀ 1-2 ਫਾੜੀ ਨੇ ਕੰਮ ਕਰ ਦੇਣਾ ਇੱਕ ਪਾਪੜ ਪਾਪੜਾਂ ਵਿੱਚ ਨਮਕ ਬਹੁਤ ਏਜ ਹੁੰਦਾ ਹੈ। ਅੱਛਾ ਹਾਂ ਤੇ ਇਹ ਚੀਜ਼ਾਂ ਆਪਾਂ ਧਿਆਨ ਦੇਣੀ ਹੈ ਕਿ ਜਿੰਨਾਂ ਦੇ ਵਿੱਚ ਆਹ ਉਹਦਾ ਸੋਡੀਅਮ ਹੈਗਾ ਜਿਹੜਾ ਆਪਾਂ ਐਕਸਟਰਾ ਖਾ ਲਈ ਤੁਹਾਨੂੰ ਪਤਾ ਨਹੀਂ ਲੱਗਦਾ। ਅਸੀਂ ਆਚਾਰ ਖਾਇਆ ਪਾਪੜ ਖਾਇਆ ਤੁਹਾਨੂੰ ਪੁੱਛਣਾ ਮੈਂ ਕੀ ਜੰਝ ਕੀ ਖਾਇਆ ਤੁਸੀਂ ਉੱਤੇ ਡਾਕਟਰ ਨੂੰ ਦੱਸੋਗੇ ਨਹੀਂ ਕਿ ਮੈਂ ਚਾਰ ਖਾਣਾ ਹੈ ਪਾਪੜ ਖਾਣਾ। ਮੈਂ ਤਾਂ ਰੋਟੀ ਖਾਦੀ। ਮੈਂ ਤਾਂ ਰੋਟੀ ਖਾਦੀ ਬਸ ਹੈਨਾ ਉਹ ਤਾਂ ਨਾਲ ਹੀ ਹੁੰਦਾ ਹੈ ਰੋਟੀ ਦੇ ਨਾਲ। ਪਰ ਇਹ ਇਹ ਹੋ ਸਕਦਾ ਕਿ ਆਚਾਰ ਕਦੇ-ਕਦੇ ਖਾ ਲ। ਹਾਂ ਹਰ ਹਰ ਮੀਲ ਦੇ ਨਾਲ ਖਾਓ। ਚਾਹ ਨਹੀਂ ਆਚਾਰ ਤਾਂ ਠੀਕ ਹੱਸਣਾ। ਘਰ ਬਣਾਓ। ਉੱਤੇ ਨਮਕ ਨਾ ਯੂਜ਼ ਕਰੋ। ਕੋਈ ਠੀਕ ਹੈ ਯਾ ਸਿਟ੍ਰਿਕ ਐਸਿਡ ਆਂਦਾ ਹੈ ਠੀਕ ਹੈ ਥੋੜੀਆਂ ਪੰਜਵੜ ਤੋਂ ਵੀ ਥੋੜੀਆਂ ਮਾ ਗਿਆ ਨਾ ਮਾਰੇ ਵਿੱਚ ਛੱਡ ਦਿਓ ਸਿਟ੍ਰਿਕ ਐਸਿਡ ਆਂਦਾ ਹੈ ਉਹ ਪਲ ਤਾਂ ਕਿ ਚਾਰ-ਚਾਰ ਨਾ ਹੋਵੇ ਤੇ ਉਹ ਇਹਦਾ ਚਾਰ ਬਣੇਗਾ ਤੇ ਕੱਟ ਨਮਕੀਨ ਹੋਏਗਾ ਤੇ ਜਿਹੜਾ ਪੋਟਾਸ਼ੀਅਮ ਹੈ ਜਿਹੜਾ ਪੋਟਾਸ਼ੀਅਮ ਹੈਗਾ ਹੁਣ ਪੋਟਾਸ਼ੀਅਮ ਬੋਡੀ ਖੁਦ ਆਪਣਾ ਮੇਨਟੇਨ ਕਰਦੀ ਹੈ ਇਹ ਨਾਰਮਲੀ ਸਾਨੂੰ ਹਰੇ ਪੱਤੇ ਤੋਂ ਮਿਲਦਾ ਹੈ ਲੇਕਿਨ ਅਗਰ ਆਪਾਂ ਉਹ ਸਬਜੀ ਆਪਾਂ ਖਾਣ ਨਹੀਂ ਹੈ ਲੇਕਿਨ ਐਕਸਟਰਾ ਪੋਟਾਸ਼ੀਅਮ ਜਿਹਨਾਂ ਬੀਪੀ ਜ਼ਿਆਦਾ ਹੈਗਾ ਦੋ ਚੀਜ਼ਾਂ ਤੋਂ ਮਿਲਦਾ ਹੈ ਸਭ ਤੋਂ ਜ਼ਿਆਦਾ ਮਿਲਦਾ ਹੈ ਇਹ ਕੋਕੋਨ अच्छा ਜਿਹੜਾ ਬਾਹਰ ਰੋਡ ਸਾਈਡ ਮਿਲਦਾ ਬਿਲਕੁਲ ਬਿਲਕੁਲ ਤੇ ਆਪਾਂ ਉਹ ਬੋਤਲਾਂ ਨਹੀਂ ਪੀਂਦੇ ਇਹ ਰੀਡਿਮੈਂਟ ਆਉਂਦੀਆਂ ਮਾਰਕੀਟ ਦੇ ਵਿੱਚ ਨਾਰੀਅਲ ਪਾਣੀ ਅਸਲੀ ਅਸਲੀ ਨਾਰੀਅਲ ਪਾਣੀ ਜਿਹੜਾ ਹੁੰਦਾ ਹੈ ਹੈਨਾ ਤੇ ਉਹ ਚੋਂ ਮਿਲਦਾ ਹੈ ਕੇਲੇ ਤੋਂ ਮਿਲਦਾ ਹੈ ਹੂੰ ਕੇਲਾ ਤੁਸੀਂ ਜਿਹੜੇ ਬੰਦੇ ਬਹੁਤ ਮੋٹے ਨੇ ਉਹ ਅੱਧਾ ਕੇਲਾ ਖਾ ਲੈਣ ਜਿਹੜੇ ਬੰਦੇ ਠੀਕ-ਠਾਕ ਹੈਗੇ ਨੇ ਤੇ ਉਹ ਆਪਾਂ ਪੂਰਾ ਖਾ ਸਕਦੇ ਆ ਪੋਟਾਸ਼ੀਅਮ ਸੋਰਸ ਵਾਸਤੇ ਠੀਕ ਹੈ ਹੁਣ ਇਹ ਕੇਲਾ ਤੇ ਅਦਰੇਲ ਪਾਣੀ ਹੈਗਾ ਇਹ ਸਾਡਾ ਕੀ ਕਰੇਗਾ ਸਾਡਾ ਇਹ ਡਾਇuretic ਸਾਡਾ ਇਹ ਪਿਸ਼ਾਬ ਫਜ਼ਾਏਗਾ ਠੀਕ ਹੈ ਜਦੋਂ ਖੂਨ ਚੋਂ ਜਦ ਪਾਣੀ ਨਿਕਲੇਗਾ ਤੇ ਸਾਡਾ ਪ੍ਰੈਸ਼ਰ ਡਾਊਨ ਹੋ ਜਾਏਗਾ ਤੇ ਸੋਡੀਅਮ ਪੋਟਾਸ਼ੀਅਮ ਦਾ ਤਾਂ ਮੈਂ ਤੁਹਾਨੂੰ ਪੂਰੀ ਮਿਹਨਤ ਸਮਝਾ ਲਗੀ ਹੋਏਗੀ ਕਿ ਸੋਡੀਅਮ ਪੋਟਾਸ਼ੀਅਮ ਤਾਂ ਆਪਾਂ ਖਾਸ ਧਿਆਨ ਦੇਣਾ ਠੀਕ ਹੈ ਤੇ ਹੋਰ ਆਪਾਂ ਗੱਲ ਕਰਦੇ ਹਾਂ ਹੁਣ ਇਹਦੀ ਜਿਹੜੀ ਆਯੁਰਵੈਦਿਕ ਤਰੀਕੇ ਕੀ ਹੈਗੇ ਨੇ ਹਾਂ ਤਰੀਕੇ ਕੀ ਹੈਗੇ ਮਤਲਬ ਡਾਈਟ ਹੈ ਜਿਹੜੀ ਉਹ ਤਾਂ ਖਾਣੀ ਖਾਣੀ ਹੈ ਨਾਲ ਆਯੁਰਵੈਦਿਕ ਲਾਹੇ ਦੇਖੋ ਡਾਈਟ ਮੋਟਾ-ਮੋਟਾ ਹੈ ਤਲੀਆਂ ਚੀਜ਼ਾਂ ਹਾਂ ਦਵਾ ਦਵਾ ਰਾ ਥਲੀਆਂ ਚੀਜ਼ਾਂ ਨਹੀਂ ਖਾਣੀਆਂ ਜੀ ਨਮਕ ਘਟਾ ਦਿਓ ਪੋਟਾਸ਼ੀਅਮ ਵਧਾਣਾ ਨਹੀਂ ਹੈ ਪੋਟਾਸ਼ੀਅਮ ਅਸੀਂ ਦਵਾਈ ਨਹੀਂ ਖਾਣੀ ਪੋਟਾਸ਼ੀਅਮ ਦੀ ਚੀਜ਼ਾਂ ਖਾਣੀਆਂ ਚੀਜ਼ਾਂ ਖਾਣੀਆਂ ਨੇ ਤਾਂ ਦੋ ਚੀਜ਼ਾਂ ਦੱਸਤੀਆਂ ਇੱਕ ਦਾਲ ਰੇਲ ਪਾਣੀ ਇੱਕ ਕੇਲਾ ਖਾ ਲੋ ਤੁਹਾਡਾ ਪੋਟਾਸ਼ੀਅਮ ਇਨਾਫ ਹੈ ਜੀ ਬਿਲਕੁਲ ਤੇ ਜਿਹੜਾ दारू ਸਿਗਰਟ ਪੀਂਦੇ ਉਹ ਬਿਲਕੁਲ ਹਾਂ ਉਹ ਤਾਂ ਦੇਖੋ ਚੀਜ਼ ਹੈ ਅਲੱਗ ਹੋਗੀ ਨਾ ਤੇ ਕੋਕੋਨਟ ਵਾਟਰ ਦੇ ਨਾਲ ਤੇ ਕੇਲੇ ਦੇ ਨਾਲ ਤੁਹਾਡਾ ਬੀਪੀ 10 ਪੁਆਇੰਟ ਥੱਲੇ ਆ ਜਾਏਗਾ ਕਿਉਂਕਿ ਇਹ ਪੋਟਾਸ਼ੀਅਮ ਵਧਾ ਦੇਗਾ ਤੁਹਾਡਾ ਜੀ ਹੁਣ ਐਰਬੇਜਿਕ ਦੇ ਵਿੱਚ ਇਸੇ ਡੈਡੀ ਦਵਾਈਆਂ ਆਂ ਸਭ ਤੋਂ ਜ਼ਿਆਦਾ ਅੱਛੀ ਹੈਗੀ ਆ ਅਰਜੁਨ ਛਾਲ ਓਕੇ ਅਰਜੁਨ ਦੇ ਛਾਲ ਅਰਜੁਨ ਦੇ ਪੇੜ ਆਮ ਲੱਗੇ ਹੁੰਦੇ ਆ ਠੀਕ ਹੈ ਸਾਡੇ ਬਜੇ ਕਲੀਨਿਕ ਤੇ ਬਾਅਦ ਵੀ ਬਹੁਤ ਲੱਗੇ ਹੋਏ ਆ ਰੁਕ ਹਾਂਜੀ ਅਰਜੁਨ ਦਾ ਠੀਕ ਹੈ ਅਰਜੁਨ ਦੇ ਉਹ ਲੋਕੀ ਉਹਨੂੰ ਨਾ ਚਾਕੂ ਨਾਲ ਉਹਦੇ ਪੇੜ ਨੂੰ ਤਖਮੀ ਕਰ ਦਿੰਦੇ ਆ ਤੇ ਤੁਸੀਂ ਉਹ ਕੰਮ ਨਾ ਕਰੋ ਮਾਰਕੀਟ ਚ ਅਰਜੁਨ ਛਾਲ ਮਿਲਦੀ ਹੈ ਯਾ ਕਰ ਲਾ ਲਓ ਪੇੜ ਤੇ ਉਹਦੀ ਜਦ ਬਾਰਕ ਹੁੰਦੀ ਆ ਨਾ ਤੇ ਉਹਨੂੰ ਛੋੜੋ ਮੈਂ ਦੇਖਿਆ ਰੋਡ ਸਾਈਡ ਦੇ ਨਾ ਉਹ ਜਮਾਈ ਪੇੜ ਨੂੰ ਨਾ ਅਸੀਂ ਮਾਰਤਾ ਕੱਟ-ਕੱਟ ਕੇ ਨਾ ਲੋਕਾਂ ਨੇ ਹਾਂ ਜੀ ਹਾਂ ਜੀ ਬਿਲਕੁਲ ਆਪਾਂ ਆਪਾਂ ਛਾਲ ਖਾਣੀ ਹੈ ਨਾ ਕਿ ਅਰਜੁਨ ਖਾਣਾ ਹੈ ਜੀ ਸੌਖਾ ਨੂੰ ਜ਼ਖਮੀ ਵੀ ਨਹੀਂ ਕਰਨਾ ਜ਼ਖਮੀ ਨਹੀਂ ਕਰਨਾ ਦੇ ਉਹਦੀ ਬਾਹਲੀ ਪਰਤ ਹੁੰਦੀ ਨਾ ਛਾਲ ਜੇ ਕਹਿੰਦੇ ਆ ਆਪਾਂ ਕੋਰਕ ਹੁੰਦਾ ਹੈ ਬਾਹਰ ਦਾ ਉਹ ਖਾਣੀ ਹੈ ਅਰਜੁਨ ਛਾਲ ਮਾਰਕੀਟ ਵਿੱਚ ਬੜੇ ਰਾਮ ਨਾ ਮਿਲਦੀ ਹੈ ਤੇ ਇਹ ਆਪਾਂ ਪੰਸਾਰ ਤੋਂ ਮਿਲਦੀ ਹੈ ਇਹ ਆਪਾਂ ਖਾ ਸਕਦੇ ਆ ਇਹਦਾ ਅਰਥ ਬਣਾ ਕੇ ਖਾਣੇ ਕਿੰਨੀ ਹੈ 5 ਗ੍ਰਾਮ ਜੀ ਠੀਕ ਹੈ ਇਹਨੂੰ ਪਿਸ ਲੋ ਤੇ ਪਿਸਕੇ ਤੁਸੀਂ ਇਹਨੂੰ ਪਾਣੀ 'ਚ ਉਬਾਲ ਕੇ ਤੇ ਅਰਕ ਜਿਹੜਾ ਹੈਗਾ ਉਹ ਖਾ ਲਓ ਠੀਕ ਹੈ ਤੇ ਜਾਂ ਅਲਕਾ ਜਿਹੜੀ ਰੈਡੀਮੇਡ ਆਂਦੀ ਆ ਨੇ ਉਹ ਐਕਸਟ੍ਰੈਕਟ ਫਾਰਮ 'ਚ ਆਂਦੀ ਆ ਨੇ ਆਪਾਂ ਉਹ ਖਾ ਸਕਦੇ ਹਾਂ ਤੇ ਅਰਕ ਨੂੰ ਡਾਕਟਰ ਸਾਹਿਬ ਲੈਣਾ ਕਿਵੇਂ ਆ ਫਿਰ ਮਤਲਬ ਕਿਸੇ ਭੋਜਨ ਦੇ ਪਾਕੇ ਕਿ 5 ਗ੍ਰਾਮ ਦੇਖੋ ਨਾ ਪਾਣੀ 'ਚ ਉਬਾਲ ਕੇ ਅੱਛਾ ਤੇ ਜਿਹੜਾ ਪਾਣੀ ਉਹਦਾ ਮਤਲਬ ਥੋੜਾ ਜਿਹਾ ਅੱਧਾ ਰਹਿ ਜਾਏਗਾ ਪਾਣੀ ਉਹਨੂੰ ਛਾਣ ਲਓ ਤੇ ਉਹ ਤੁਸੀਂ ਇਦਾਂ ਹੀ ਸਿੱਧਾ ਹੀ ਚਮਚ ਨਾਲ ਵੇ ਲੈ ਲਓ ਅਗਰ ਛਾਣ ਲੈ ਗਈਏ ਅਗਰ ਲੱਕੜ ਹੈ ਇਹ ਤਾਂ ਠੀਕ ਹੈ ਅਗਰ ਤਾਂ ਪਾਊਡਰ ਹੈਗਾ ਬਹੁਤ ਮਹੀਨ ਕੀਤਾ ਹੁੰਦਾ ਹੈ ਪਿਉਰੀਫਾਈਡ ਕੀਤਾ ਹੁੰਦਾ ਉਹ ਆਪਾਂ ਸਿੱਧਾ ਖਾ ਸਕਦੇ ਹਾਂ ਠੀਕ ਹੈ ਉਹ ਆਪਾਂ 5 ਗ੍ਰਾਮ 4 ਗ੍ਰਾਮ ਡੇਲੀ ਖਾ ਸਕਦੇ ਹਾਂ ਠੀਕ ਹੈ ਤੇ ਅਰਜੁਨ ਚ ਬਹੁਤ ਅੱਛੀ ਚੀਜ਼ਾਂ ਹੈਗੀਆਂ ਤੇ ਇੱਕ ਹੈਗੀ ਹੈ ਦੇਖੋ ਜਿਹੜਾ ਸਟ੍ਰੈਸ ਹੈਗਾ ਸਾਡੇ ਬੋਡੀ ਦੇ ਵਿੱਚ ਸਭ ਤੋਂ ਬੈਸਟ ਦਵਾਈ ਹੈਗੀ ਹੈ ਆਯੁਰਵੇਦਿਕ ਅਸ਼ਵਗੰਧਾ ਅਸ਼ਵਗੰਧਾ ਠੀਕ ਹੈ ਇਸ ਸਟ੍ਰੈਸ ਨੂੰ ਠੀਕ ਕਰਦੀ ਹੈ ਸਟ੍ਰੈਸ ਦੇ ਨਾਲ ਵੀ ਸਾਡਾ ਬੀਪੀ ਵਧਦਾ ਹੈ ਜੀ ਸਟ੍ਰੈਸ ਨਾਲ ਕorticol ਵਧਦਾ ਹੈ ਕorticol ਇੱਕ ਇੱਕ ਉਹ ਹਾਰਮੋਨ ਹੈ ਜਦ ਅਸੀਂ ਦੁਖੀ ਹੁੰਨੇ ਤਾਂ ਨਿਕਲਦਾ ਹੈ ਜੀ ਠੀਕ ਹੈ ਦੁਖੀ ਅਸੀਂ ਵਿਚਾਰਨ ਨੇ ਉਹ ਮਾੜਾ ਮਾੜਾ ਸਾਰੀਆਂ ਬਿਮਾਰੀਆਂ ਦੀ ਜੜ ਹੈ ਮਾੜਾ ਮਾੜਾ ਨਿਕਲਦਾ ਰਹਿੰਦਾ ਹੈ ਤੇ ਉਹ ਕੀ ਕਰਦਾ ਹੈ ਕਿ ਸਾਡੀਆਂ ਜਿਹੜੀਆਂ ਖੂਨ ਦੀਆਂ ਨਲੀਆਂ ਨੂੰ ਪਤਲਾ ਕਰਦਾ ਹੈ ਜੀ ਕੋਰਟੀਸੋਲ ਜੀ ਉਹਨੂੰ ਪਰੇਸ਼ਾਨੀ ਦਾ ਮਤਲਬ ਇਹ ਹੁੰਦਾ ਇਹ ਲੱਗਦਾ ਕਿ ਸ਼ੇਰ ਨੂੰ ਕਿ ਬੰਦਾ ਪਰੇਸ਼ਾਨ ਹੋ ਗਿਆ ਇਹਨੂੰ ਆਕਸੀਜਨ ਦੀ ਲੋੜ ਹੈਗੀ ਹੈ ਆਕਸੀਜਨ ਲੋੜ ਤਾਂ ਹੈ ਨਹੀਂ ਉਹ ਬੈਠਾ ਵਿਹਲਾ ਠੀਕ ਹੈ ਉਹ ਕੋਰਟੀਸੋਲ ਕੀ ਕਰਦਾ ਹੈ ਕਿ ਨਸਾਂ ਪਤਲੀਆਂ ਕਰ ਦਿੰਦਾ ਹੈ ਖੂਨ ਦਾ ਮੱਜੰਦਾ ਪ੍ਰੈਸ਼ਰ ਉਹ ਜਿਹੜੇ ਤੋਂ ਮੈਂ ਪੰਗੇ ਦੱਸੇ ਐ ਪੈਰਲਿਸਿਸ ਐਂਡ ਆਲ ਦੈਟ ਹਨਾ ਉਸ ਤਸ ਦੇ ਨਾਲੇ ਬਹੁਤ ਚੱਕਰ ਐ ਤੇ ਅਸ਼ਵਗੰਧਾ ਦੇ ਵਿੱਚ ਅਗਰ ਤੁਸੀਂ ਜਿਹੜੇ ਬੰਦੇ ਕੈਮਿਸਟਰੀ ਸਮਝਦੇ ਆ ਉਹ ਵਿਥੈਨੋਸਾਈਟਸ ਵਿਥੈਨੋਸਾਈਟਸ ਯਾਤੇ ਫਾਈਟੋਸਟੀਰੋਇਡ ਹੁੰਦਾ ਹੈ ਇਹਦੇ ਵਿੱਚ ਅਸ਼ੋਗੰਦਾ ਦੇ ਵਿੱਚ ਜੋ ਕਿ ਸਾਡੇ ਇਹ ਐਂਟੀਆਕਸੀਡੈਂਟ ਵੀ ਹੈਗਾ ਸਾਨੂੰ ਕਈ ਚੀਜ਼ਾਂ ਤੋਂ ਬਚਾਉਂਦਾ ਹੈ ਅਸ਼ੋਗੰਦਾ ਤੁਸੀਂ ਦੇਖਿਆ ਹੋਣਾ ਕਿ ਕਈ ਬਿਮਾਰੀਆਂ ਵਿੱਚ ਯੂਜ਼ ਹੁੰਦਾ ਹੈ ਜੀ ਤੇ ਅਸ਼ੋਗੰਦਾ ਬੀਪੀ ਵਾਸਤੇ ਬਹੁਤ ਅੱਛਾ ਹੈਗਾ ਤੇ ਇਹਦੀ ਜਿਹੜੀ ਰੂਟ ਹੈਗੀ ਹੈ ਜਿਹੜੀ ਜੜ ਖਾਂਦੇ ਆ ਅਸ਼ੋਗੰਦਾ ਦੇਖੋ ਅਰਜੁਨ ਦੀ ਛਾਲ ਸੀ ਠੀਕ ਹੈ ਅਸ਼ੋਗੰਦਾ ਦੀ ਜੜ ਹੈ ਜੜ ਹੈ ਅਸ਼ੋਗੰਦਾ ਦੇ ਪੱਤੇ ਨਹੀਂ ਛਾਲ ਨਹੀਂ ਖਾਂਦੇ ਅਰਜੁਨ ਦੀ ਜਿਹੜੀ ਜੜ ਹੈਗੀ ਹੈ ਉਹ ਪंसारी ਤੋਂ ਮਿਲ ਜਾਂਦੀ ਹੈ 3 ਤੋਂ 5 ਗ੍ਰਾਮ 3 ਤੋਂ 5 ਗ੍ਰਾਮ ਦਿਨ ਚ ਦੋ ਵਾਰੀ ਅਸੀਂ ਖਾ ਸਕਦੇ ਹਾਂ ਇਹ ਤੁਸੀਂ ਘਰ ਬਣਾ ਸਕਦੇ ਹੋ ਉਹਨੂੰ ਧੋ ਕੇ ਚੰਗੀ ਤਰ੍ਹਾਂ ਨੂੰ ਪੀਸ ਸਕਦੇ ਹੋ ਬਿਕਸੀ ਦੇ ਵਿੱਚ ਤੇ ਇੱਕ ਹੁੰਦਾ ਹੈ ਦੇਖੋ ਜਿਹੜਾ ਸਾਡੇ ਦੋਸ਼ ਘਟਦਾ ਹੈ ਸਰੀਰ ਤੋਂ ਬਾਹਰ ਆਯੁਰਵੇਦਿਕ ਦੇ ਵਿੱਚ ਬਾਦ ਪਿੱਤ ਕਫ ਹੁੰਦੇ ਨੇ ਤੇ ਇਹ ਦੋਸ਼ ਘਟਦਾ ਹੈ ਉਹਦੇ ਵਾਸਤੇ ਤ੍ਰਿਕਟੂ ਚੁਰਨ ਤ੍ਰਿਕਟੂ ਚੁਰਨ ਜਿਹੜਾ ਮਾਰਕੀਟਸ ਮਿਲਦਾ ਹੈ ਅਗਰ ਤੁਸੀਂ ਘਰ ਬਣਾਣਾ ਹੈ ਤਿੰਨ ਚੀਜ਼ਾਂ ਨਿਕਲੋ ਇੱਕ ਪਿਪਲੀ ਜੀ ਇੱਕ ਕਾਲੀ ਮਿਰਚ ਜੀ ਤੇ ਇੱਕ ਸੁੰਦ ਸੁੱਕੀ ਹੋਈ ਤਿੰਨਾਂ ਨੂੰ 50-50 ਗ੍ਰਾਮ ਲੈ ਲਓ। ਜਾਂ 10-10 ਗ੍ਰਾਮ ਲੈ ਲਓ ਜਾਂ 3-3 ਗ੍ਰਾਮ ਲੈ ਲਓ। ਬਰਾਬਰ ਲੈ ਲਓ। ਇਹਨੂੰ ਪਿਸ ਦੋ। ਠੀਕ ਹੈ। ਤਰੀ ਗੱਟੋ ਚੋਂ ਬਣ ਜਾਏਗਾ। ਇਹਦਾ ਵੀ 5 ਗ੍ਰਾਮ ਦਿਨ ਚ ਇੱਕ ਵਾਰੀ। ਅੱਛਾ। ਇਹ ਦਿਨ ਚ ਇੱਕ ਵਾਰੀ। ਇਹ ਸਾਡੇ ਮਤਲਬ ਕਿ ਸੈਲਸ ਵਾਸਤੇ, ਬਾਡੀ ਵਾਸਤੇ ਬਹੁਤ ਅੱਛਾ ਹੈਗਾ। ਠੀਕ ਹੈ। ਇੱਕ ਲਸਣ ਸਭ ਨੂੰ ਪਤਾ ਹੈ। ਹਾਂਜੀ। ਲਸਣ ਖਾਂਦੇ ਨਾ ਬੀਪੀ ਵਾਲੇ ਬੰਦੇ, ਸਿਰੇ ਪੋਰੀਆਂ ਖਾਂਦੇ ਆ ਉਹਦੀਆਂ। ਜੀ ਜੀ। ਤੇ ਲਸਣ ਤਾਂ ਆਪਾਂ ਖਾਣਾ ਹੀ ਹੈ। ਉਹ ਤੁਹਾਨੂੰ ਪਤਾ ਹੀ ਹੈਗਾ। ਤੇ ਇੱਕ ਤਾਂ ਮੈਂ ਇੱਕ ਹੋਰ ਚੀਜ਼ ਦੱਸਦਾ ਹਾਂ ਕਿ ਤਨੀਆ ਤੇ ਜਿਹੜੀ ਇਲਾਇ अच्छा ठीक है तनिया ਤੁਸੀਂ ਤਨੀਆਂ ਪਾਊਡਰ ਲੈ ਲਓ ਠੀਕ ਹੈ ਤੇ ਇਲਾਚੀ ਨੂੰ ਪਾਊਡਰ ਬਣਾ ਲਓ ਜਿਹੜੀ ਹਰੀ ਛੋਟੀ ਇਲਾਚੀ ਹਰੀ ਛੋਟੀ ਇਲਾਚੀ ਜੀ ਜੀ ਇਹਦਾ ਆਪਾਂ ਇੱਕ ਇੱਕ ਚਮਚ ਇੱਕ ਇੱਕ ਚਮਚ ਕਿਸੇ ਜੂਸ ਦੇ ਵਿੱਚ ਪਾ ਕੇ ਆਪਾਂ ਇਹਨੂੰ ਲੈ ਸਕਦੇ ਆਂ ਅੱਛਾ ਇਹ ਸਾਡਾ ਬੀਪੀ ਘਟਾਉਂਦਾ ਹੈ ਕਿਉਂਕਿ ਇਹ ਚ ਤਰਪੀਨੋਲ ਇਲਾਚੀ ਵਿੱਚ ਤਰਪੀਨੋਲ ਹੁੰਦਾ ਹੈ ਜਿਹੜਾ ਕਿ ਬੀਪੀ ਨੂੰ ਘਟਾਉਂਦਾ ਹੈਗਾ ਇੱਕ ਇੱਕ ਹੋਰ ਚੀਜ਼ ਹੈਗੀ ਹੈ ਸਾਡਾ ਗੈਸ ਕਰਕੇ ਵੀਪੀ ਵੱਧ ਆ ਗਈ ਹੋਰੀ ਅੱਛਾ ਕੈਸ਼ ਦੇਖੋ ਨਾ ਸਟਮਕ ਦੇ ਉੱਤੇ ਦਿਲ ਹੈ ਹੂੰ ਖੱਬੇ ਪਾਸੇ ਹੀ ਢਿੱਡ ਹੈ ਖੱਬੇ ਪਾਸੇ ਹੀ ਦਿਲ ਹੈ ਤੇ ਜਦ ਢਿੱਡ ਜਦ ਫੁੱਲੇਗਾ ਗੈਸ ਬਣੇਗੀ ਤੇ ਉਹ ਦਿਲ ਨੂੰ ਪ੍ਰੈਸ਼ਰ ਮਾਰਦਾ ਹੈ ਤੇ ਅਸੀਂ ਦੇਖਿਆ ਹੁਣ ਜਲਦਾ ਖਾ ਲੈਂਦੇ ਸਾਡਾ ਦਿਲ ਤਦ ਦੁਨੀ ਸ਼ੁਰੂ ਜਾਂਦੀ ਹੈ ਜਿਨ੍ਹਾਂ ਨੂੰ ਐਸਿਡ ਕਰਕੇ ਵੱਧ ਆ ਉਹਦੇ ਵਾਸਤੇ ਸੈਲਰੀ ਸੀਡਸ ਜਿਹੜੇ ਬੰਦੇ ਬਾਹਰ ਦੇ ਸ਼ੁਰੂਤਾ ਆਪਣੇ ਆ ਤੇ ਮੈਨੂੰ ਬੜੇ ਫੋਨ ਆਉਂਦੇ ਨੇ ਭਾਰਤ ਕੀ ਖਾਲਸ ਟੀਵੀ ਤੋਂ ਵਰਨ ਦੇਖ ਰਹੇ ਆ ਤੇ ਖਾਲਸ ਟੀਵੀ ਤੇ ਸ਼ੋਤਾ ਬਾਹਰ ਵੀ ਹੈਗੇ ਬਹੁਤ ਜ਼ਿਆਦਾ ਹੈਗੇ ਜੀ ਜੀ ਬਹੁਤ ਜ਼ਿਆਦਾ ਹੈਗੇ ਹਾਂ ਜੀ ਉਹਨਾਂ ਨੂੰ ਸੈਲਰੀ ਸੀਡਸ ਮਿਲਦੇ ਆ ਬਾਹਰ ਹਾਂ ਜੀ ਸੈਲਰੀ ਸੀਡਸ ਮਿਲਦੇ ਆ ਤੇ ਉਹ ਤੁਸੀਂ ਇੱਕ ਚਮਚ ਖਾ ਸਕਦੇ ਹੋ ਜਿਹੜੇ ਇੰਡੀਆ ਦੇ ਬੰਦੇ ਹੈਗੇ ਆ ਠੀਕ ਹੈ ਉਹਨਾਂ ਵਾਸਤੇ ਇੱਥੇ ਸੈਲਰੀ ਸੀਡਸ ਨਹੀਂ ਮਿਲਦੇ ਤੁਹਾਨੂੰ ਇੱਥੇ ਮਿਲੇਗੀ ਅਜਮੋਦ ਅਜਵੈਨ ਅੱਛਾ ਅਜਵੈਨ ਦੀ ਇੱਕ ਵੈਰਾਈਟੀ ਹੈ ਜਿਹੜੀ ਬਹੁਤ ਪਤਲੀ ਹੁੰਦੀ ਹੈ ਜੀ ਤੇ ਥੋੜੀ ਜੀ ਕੜਵੇ ਪੰਚ ਹੁੰਦੀ ਹੈ ਠੀਕ ਹੈ ਤੇ ਅਜਮੋਦ ਅਜਵੈਨ ਪੰਸਾਦੀ ਨੂੰ ਕਹਿ ਦੇਣਾ ਅਗਰ ਨਹੀਂ ਸਮਝ ਆਂਦੀ ਅਜਮੋਦਾ ਕਹਿ ਦੇਣਾ ਹਮ ਅਜਮੋਦਾ ਵੀ ਕਹਿ ਦਿੰਦੇ ਨੇ ਕਈ ਪੰਸਾਦੀ ਪੰਸਾਦੀ ਮੈਂ ਦੇਖਿਆ ਦੋ ਅੱਬੇ ਵਾਲੇ ਅਲੱਗ ਨਾਮ ਤੇ ਦਿੰਦੇ ਐ ਦੂਜੇ ਵਾਲੇ ਅਲੱਗ ਨਾਮ ਤੇ ਬੋਲਦੇ ਐ ਇਹ ਚੀਜ਼ਾਂ ਨੂੰ ਅਜਮੋਦ ਅਜਵੈਨ ਤੁਸੀਂ ਬੋਲੋਗੇ ਜਾਂ ਅਜਮੋਦਾ ਬੋਲੋਗੇ ਉਹ ਸਮਝ ਜਾਣਗੇ ਠੀਕ ਹੈ ਸੈਲੀਸੀਟ ਨਾ ਬੋਲਿਓ ਤੁਹਾਨੂੰ ਸਮਝ ਨਹੀਂ ਲੱਗਣੀ ਤੇ ਇਹ ਆਪਾਂ ਕਿੰਨੀ ਖਾਣੀ ਹੈ 3 ਗ੍ਰਾਮ ਸਰ 3 ਗ੍ਰਾਮ ਖਾਣੀ ਹੈ ਹੁਣ ਇਹਦੇ ਵਿੱਚ ਕੀ ਹੁੰਦਾ ਹੈ ਇਹਦੇ ਵਿੱਚ ਸੋਡੀਅਮ ਜਿਹੜਾ ਹੈਗਾ ਘੱਟ ਹੁੰਦਾ ਹੈ ਪੋਟਾਸ਼ੀਅਮ ਜ਼ਿਆਦਾ ਹੁੰਦਾ ਹੈ ਅੱਛਾ ਅਜਮੋਦ ਅਜਵੈਨ ਦੇ ਵਿੱਚ ਮੈਂ ਅਜਮੋਦ ਅਜਵੈਨ ਦੀ ਗੱਲ ਕਰ ਰਿਹਾ ਹਾਂ ਇਸ ਟਾਈਮ ਬੀਪੀ ਵੀ ਅਜਮੋਦ ਅਜਵੈਨ ਮੈਂ ਕਦੀ ਐਸਿਡ ਵਾਸਤੇ ਮੈਂ ਬੋਲੇ ਸੀਗਾ ਤਾਂ ਮੈਂ ਬੋਲੇ ਸੀਗਾ ਹਾਂਜੀ ਉਹਦਾ ਮਕਸਦ ਅਲੱਗ ਸੀ ਇਹਦੇ ਵਿੱਚ ਆਪਾਂ ਕਿਉਂ ਯੂਜ਼ ਕਰਦੇ ਹਾਂ ਸੋਡੀਅਮ ਘੱਟ ਹੈ ਜਿਹੜੀ ਚੀਜ਼ ਸੋਡੀਅਮ ਘੱਟ ਹੈ ਪੋਟਾਸ਼ੀਅਮ ਜ਼ਿਆਦਾ ਆਪਾਂ ਖਾ ਸਕਦੇ ਖਾ ਸਕਦੇ ਜਿਹੜੇ ਬੰਦੇ ਟੈਕਨੀਕਲੀ ਹੈਗੇ ਆ ਸਰਚ ਕਰ ਸਕਦੇ ਆ ਸਟੱਡੀ ਕਰਦੇ ਆ ਨੈਟ ਤੇ ਵਿੱਚ ਤੇ ਨੈਟ ਵਿੱਚ ਆਪਾਂ ਬਹੁਤ ਧਿਆਨ ਨਾਲ ਸਟੱਡੀ ਕਰਨੀ ਹੈ ਬਿਨਾ ਟੈਗ ਵਰਡ ਤੋਂ ਨਹੀਂ ਕਰਨੀ ਕਿਤਾਸੀ ਗਲਤ ਰਸਤੇ ਪੈ ਜਾਗੇ ਤੇ ਇਹ ਚੀਜ਼ਾਂ ਹੈਗੀਆਂ ਤੇ ਹੋਰ ਇਹਦੇ ਵਿੱਚ ਤુલਸੀ ਹਮ ਤુલਸੀ ਦੇ ਵਿੱਚ ਵੀ ਯੂਜੀਨੋਲ ਹੁੰਦਾ ਜੋ ਕਿ ਨਾੜਾਂ ਨੂੰ ਖੋਲ ਦਿੰਦਾ ਹੈ ਕਿਹ ਚੀਜ਼ਾਂ ਨੇ ਆਪਾਂ ਇਹਨਾਂ ਦੇ ਸੇਵਨ ਤુલਸੀ ਇਸ ਤਰ੍ਹਾਂ ਕਿਵੇਂ ਕਰੋਗੇ ਚਾਚ ਪਾ ਲੋ ਚਾਚ ਪਾ ਲੋ ਹਾਂਜੀ ਅੱਛਾ ਇੱਕ ਚੀਜ਼ ਹੈਗਾ ਹੋ ਮੈਂ ਦੇਖਿਆ ਹੈ ਕਿ ਤુલਸੀ ਦਾ ਅਰਕ ਮਿਲਦਾ ਹੈ ਅੱਜ ਕੱਲ ਮਾਰਕੀਟ ਵਿੱਚ ਠੀਕ ਹੈ ਤੁਸੀਂ ਮਿੱਠਾ ਛੱਡ ਕੇ ਨਾ ਤુલਸੀ ਦਾ ਅਰਕ ਪਾ ਲਓ ਉਹ ਤુલਸੀ ਨਾ ਮਿੱਠੇ ਪੰਚ ਆਂਦੀ ਹੈ ਅੱਛਾ ਕਿਉਂਕਿ ਸਟੀਵਿਆ ਸਟੀਵਿਆ ਲੀਫਸ ਦਾ ਤુલਸੀ ਦੀ ਪਸੀਆ ਉਹ ਵੀ ਲੇਕਿਨ ਅਗਰ ਆਪਾਂ ਤુલਸੀ ਜੜੀ ਲਵਾਗੇ ਤੁਲਸੀ ਦਾ ਲਿਕਵਿਡ ਆਂਦੇ ਨੇ ਉਹ ਅਸੀਂ ਚਾਹ ਦੇ ਵਿੱਚ ਤੁਸੀਂ ਕਿਤੇ ਪਾ ਕੇ ਦੇਖਣਾ ਚਾਹ ਦੇ ਵਿੱਚ ਮਿੱਠਾ ਨਾ ਪਾ ਨਾ ਤੁਲਸੀ ਦਾ ਇੱਕ ਡ੍ਰੌਪ ਪਾ ਦੇਣਾ ਤੇ ਮੈ ਤਾਂ ਪੀਣਾ ਤੇ ਉਹ ਮੈਨੂੰ ਮੈਂ ਮਿੱਠਾ ਖਾਂਦਾ ਨਹੀਂ ਜਿਆਦਾ ਤੇ ਮੈਨੂੰ ਤਾਂ ਮਿੱਠੀ ਲੱਗਦੀ ਹੈ ਜਿਹੜੇ ਮਿੱਠਾ ਜ਼ਿਆਦਾ ਖਾਂਦੇ ਉਹਨਾਂ ਨੂੰ ਮਿੱਠੇ ਨਹੀਂ ਲੱਗੇਗੀ ਤੁਲਸੀ ਵੀ ਆਪਾਂ ਯੂਜ਼ ਕਰ ਸਕਦੇ ਆ ਬਾਕੀ ਜਿਹੜੀਆਂ ਜਿਹੜੇ ਬੰਦੇ ਹੈਗੇ ਨੇ ਆ ਅਖੀਰਾ ਹੁਣ ਖੀਰੇ ਵਿੱਚ ਪ੍ਰੋਡਕਸ਼ਨ ਜ਼ਿਆਦਾ ਹੁੰਦਾ ਤੇ ਇਹ ਆਪਾਂ ਕਹਿੰਦੇ ਕਿ ਉਹਦੇ ਵਿੱਚ ਖੋਪੇ ਦੇ ਵਿੱਚ ਤੇ ਖੋਪੇ ਦਾ ਪਾਣੀ ਦੇ ਵਿੱਚ ਤੇ ਕੇਲੇ ਦੇ ਵਿੱਚ ਤੇ ਖੀਰੇ ਵਿੱਚ ਵੀ ਜ਼ਿਆਦਾ ਹੁੰਦਾ ਜੀ ਖੀਰਾ ਵੀ ਆਪਾਂ ਖਾ ਸਕਦੇ ਹਰੇਕ ਕਿਉਂ ਹੁੰਦਾ ਤੁਹਾਨੂੰ ਸੁਣਾਇਆ ਸੀ ਹਰੀ ਚੀਜ਼ ਇਸ ਵਿੱਚ ਮਿਲਦਾ ਹੈ ਤੇ ਹਰੀ ਚੀਜ਼ਾਂ ਜਿਹੜੀਆਂ ਹੋਂ ਪਾਲਕ ਪੂਲਕ ਹੁੰਦੀਆਂ ਨੇ ਉਹਦੇ ਆਪਾਂ ਰੋਜ਼ ਤਾਂ ਖਾਂਦੇ ਨਹੀਂ ਹੈ ਜੀ ਪਾਲਕ ਜੇ ਗੈਸ ਬਣਦੀ ਲੋਕਾਂ ਨੂੰ ਹੈਨਾ ਤੇ ਮੈਂ ਉਹ ਪਹਿਲੇ ਦੱਸਿਆ ਹੋਇਆ ਹੈ ਕਿ ਜੇ ਪਾਲਕ ਖਾਣੀ ਹੈ ਤੁਸੀਂ ਨਿੰਪੂਣ ਛੋੜ ਲਿਆ ਕਰੋ ਗੈਸ ਨਹੀਂ ਬਣੇਗੀ ਤੇ ਖੀਰਾ ਇੱਕ ਐਸੀ ਹਰੀ ਸਬਜੀ ਹੈ ਜਿਹੜੀ ਆਪਾਂ ਸਲਾਦ ਚ ਖਾ ਸਕਦੇ ਹੁਣ ਸਲਾਦ ਦੇ ਵਿੱਚ ਤਾਂ ਮੈਂ ਕਿਹਾ ਸੀ ਕਿ ਆਪਾਂ ਨੋਨ ਨਹੀਂ ਪਾਣਾ ਹੈਨਾ ਹੁਣ ਪਾਣਾ ਕੀ ਹੈ ਹੁਣ ਇਹਦੇ ਵਿੱਚ ਕੀ ਆਪਾਂ ਕਾਲੀ ਮਿਰਚ ਤੇ ਕਾਲਾ ਨੋਨ ਪਾ ਸਕਦੇ ਠੀਕ ਹੈ ਤਿੰਨੇ ਨਿੰਬੂ ਵੀ ਨਿਚੋੜ ਸਕਦੇ ਆ ਜੀ ਜੀ ਨਿੰਬੂ ਵਿੱਚ ਹੀ ਪੋਟਾਸ਼ੀਅਮ ਹੁੰਦਾ ਹੈ ਠੀਕ ਹੈ ਤੇ ਕਾਲਾ ਨਮਕ ਦੇ ਵਿੱਚ ਵੀ ਪੋਟਾਸ਼ੀਅਮ ਹੁੰਦਾ ਹੈ ਠੀਕ ਹੈ ਕਾਲੀ ਵਿੱਚ ਗੈਸ ਵਾਸਤੇ ਬਹੁਤ ਚੰਗੀ ਹੈ ਜੀ ਤੇ ਛੋਟੇ ਛੋਟੇ ਚੀਜ਼ਾਂ ਨੇ ਬਿਲਕੁਲ ਐਂ ਦੇਖਦੇ ਵਿੱਚ ਤਾਂ ਦੇਖੋ ਆਪਾਂ ਆਯੁਰਵੈਦਿਕ ਦੇ ਵਿੱਚ ਤਾਂ ਆਪਾਂ ਆਪਾਂ ਟ੍ਰੀਟਮੈਂਟ ਦਿੰਦੇ ਆਂ ਹਾਂਜੀ ਇਹ ਪ੍ਰੀਵੈਂਟਿਵ ਟ੍ਰੀਟਮੈਂਟ ਹੈ ਜੀ ਜੀ ਇਹ ਬੀਪੀ ਵਧਣ ਨਹੀਂ ਦਿੰਦੀ ਹੁਣ ਤੁਸੀਂ ਬੀਪੀ ਵਧਾ ਕੇ ਮੈਜੋਗੇ ਇੰਨਾ ਜ਼ਿਆਦਾ ਬਿਮਾਰੀਆਂ ਲਾ ਕੇ ਮੈਜੋਗੇ ਫਿਰ ਬੱਲੋ ਕੀ ਆਯੁਰਵੈਦਿਕ ਤੁਹਾਡਾ ਕੰਮ ਨਹੀਂ ਕਰਦੀ ਹਮ ਕਿ ਫੇ ਅਸੀਂ ਐਦਰ ਦੇ ਕਿ ਨੂੰ ਨਾਮ ਕਰਦੇ ਆ ਫੇ ਐਲੋਪੈਥੀ ਵਿੱਚ ਜਾਂਦੇ ਆ ਐਲੋਪੈਥੀ ਵਿੱਚ ਤਾਂ ਦੇਖੋ ਫੇ ਉਹਦਾ ਕੋਲ ਤਾਂ ਹੈਗਾ ਹੀ ਹੈ ਨਾ ਸਭ ਕੁਝ ਉਹਨਾਂ ਨੇ ਤਾਂ ਤੁਹਾਡੇ ਕਿਡਨੀ ਖਰਾਬ ਹੋ ਗਈ ਕਿਡਨੀ ਬਦਲ ਦੇਣੀ ਹੈ ਉਹ ਇਹ ਬਦਲ ਵਸੇ ਸ਼ੇਰ ਹੈ ਮੈ ਐਲੋਪੈਥੀ ਦੇ ਜ਼ਿਆਦਾ ਖਲਾਫ ਨਹੀਂ ਹੈ ਚਲੋ ਫੇ ਵੀ ਗੱਲ ਤਾਂ ਦੱਸ ਦਿੰਦਾ ਹੈ ਕਿ ਐਲੋਪੈਥੀ ਦੇ ਵਿੱਚ ਕਿਡਨੀ ਖਰਾਬ ਹੋ ਗਈ ਕਿਡਨੀ ਬਦਲ ਦਿੰਦੇ ਆ ਅਗਰ ਰੰਗ ਪੈ ਗਿਆ ਤੇ ਉਹਨਾਂ ਨੇ ਦਵਾਈਆਂ ਦੇ ਕੇ ਉਹਨੂੰ ਸੁਕ ਸੁਕਾਨ ਦੀ ਕੋਸ਼ਿਸ਼ ਕਰਨੀ ਹੈ ਇਹਨਾਂ ਨੂੰ ਨੁਕਸਾਨ ਹੋ ਗਿਆ ਮਤਲਬ ਕਿ ਉਹ ਟ੍ਰੀਟਮੈਂਟ ਦਿੰਦੇ ਆ ਜੀ ਉਹ ਮਲਕੀ ਬਿਮਾਰੀ ਨੂੰ ਜਿਹੜਾ ਕਟ ਵੱਡ ਕੋਈ ਗਲਤੀ ਹੋ ਗਈ ਹੈ ਉਹਨੂੰ ਕਟ ਵੱਡ ਵਾਲੀ ਸਟੋਰੀਆਂ ਸਾਰੀਆਂ ਤੇ ਲੇਕਿਨ ਅਗਰ ਆਪਾਂ ਡਾਈਟ ਠੀਕ ਰੱਖੀਏ ਹੋਣ ਬੀਪੀ ਵਾਲੇ ਐਕਸਰਸਾਈਜ਼ ਠੀਕ ਕਰਨ ਜੀ ਠੀਕ ਹੈ ਐਕਸਰਸਾਈਜ਼ ਠੀਕ ਕਰਨਗੇ ਸਵੇਰੇ ਐਡਰਲਨ ਨਿਕਲੇਗਾ ਖੁਸ਼ੀ ਆਏਗੀ ਬਾਅਦ ਦਿਖਾਂਗੇ 5 ਵਜੇ ਰੋਜ਼kal ਨੇਰਾ ਹੁੰਦਾ ਹੈ ਤੁਸੀਂ ਕਿੰਨੇ ਵਜੇ ਸੂਰਜ ਉਗਦਾ ਹੈ ਬਾਹਰ ਆ ਕੇ ਦੇਖੋ ਪਾਕ ਦੇ ਵਿੱਚ ਅਸ ਫਿਰ ਮੀਂਹ ਪੈ ਰਿਹਾ ਸੀ ਚੰਨੀ ਕਰਨ ਦੇ ਵਿੱਚ ਬਿਲਕੁਲ ਬਿਲਕੁਲ ਥੋਪ ਟੋਪ ਨਿਕਲੀ ਹੋਈ ਹੈ ਟੋਪ ਨਿਕਲੀ ਹੈ ਇਹ ਤੁਹਾਨੂੰ ਪਤਾ ਲੱਗੇਗਾ ਕਿ 5 ਵਜੇ ਦਾ ਮੌਸਮ ਬਿਲਕੁਲ ਅਲੱਗ ਹੁੰਦਾ ਹੈ ਤੇ 5 ਵਜੇ ਦਾ ਟਾਈਮ ਉਹ ਹੈ ਕਿ ਹਨੇਰਾ ਖਤਮ ਹੋ ਰਿਹਾ ਹੁੰਦਾ ਹੈ ਤੇ ਰੋਸ਼ਨੀ ਆ ਰਹੀ ਹੁੰਦੀ ਹੈ ਰੋਸ਼ਨੀ ਆ ਰਹੀ ਹੈ ਬੜਾ ਖੂਬਸੂਰਤ ਹੁੰਦਾ ਉਸ ਟਾਈਮ ਸੈਰ ਕਰੋ ਨਾ ਤਾਂ ਮਜ਼ਾ ਆਉਂਦਾ ਹੈ ਹੋਰ ਰੋਸ਼ਨੀ ਵਿੱਚ ਸੈਰ ਕਰੋ ਕਿ ਲੁਕੀਆਂ ਉੱਥੇ ਪੂਰਾ ਮਤਲਬ ਗਾਜਾ ਪਿਆ ਹੁੰਦਾ ਪਾਰ ਚ ਗੱਲਾਂ ਗੁਲਾ ਮਾਰ ਰਹੇ ਹੁੰਦੇ ਹਨ ਤੇ ਜਦ ਅਸੀਂ ਸ਼ੋਰ ਸ਼ਰਾਬਾ ਸ਼ੁਰੂ ਹੋ ਜਾਂਦਾ ਹੈ ਹਾਂ ਜਦ ਅਸੀਂ ਸੈਰ ਕਰਨੀ ਹੈ ਮੂੰਹ ਨਹੀਂ ਖੋਲਣਾ ਹਾਂ ਬਿਲਕੁਲ ਸੈਰ ਹੀ ਕਰਨੀ ਹੈ ਤੇ ਤੁਸੀਂ ਇਸ ਤਰੀਕੇ ਨਾਲ ਹਸਪੁੱਛ ਲੈ ਸਕਦੇ ਹੋ ਤੇ ਬੀਪੀ ਕੋਈ ਖਾਸ ਨਹੀਂ ਹੈਗੀ ਇਹ ਡਾਈਟ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਕੰਟਰੋਲ ਕੀਤਾ ਜਾ ਸਕਦਾ ਹੈ ਤੇ ਬਾਕੀ ਤੁਹਾਨੂੰ ਮੈਂ ਸਮਝਾਉਂਦਾ ਹੈ ਬੀਪੀ ਨਹੀਂ ਵਧਣ ਦੇਣਾ ਚਾਹੇ ਡਾਈਟ ਨਾਲ ਮੈਂ ਬੋਲੇ ਤੁਹਾਨੂੰ ਉਹ ਨਾ ਕਰੋ ਚਾਹੇ ਤੁਸੀਂ ਆਯੁਰਵੈਦਿਕ ਦਵਾਈ ਖਾਓ ਚਾਹੇ ਤੁਸੀਂ ਐਲੋਪੈਥੀ ਦਵਾਈ ਖਾਓ ਆਪਾਂ ਅਦਰੰਗ ਤੇ ਕਿਡਨੀ ਫੇਲਿਅਰ ਤੇ ਅਸਟੰਟ ਵਾਲੀ ਬਿਮਾਰੀਆਂ ਤੇ ਨਹੀਂ ਜਾਣਾ ਨਹੀਂ ਜਾਣਾ ਬਿਲਕੁਲ ਸੋ ਡਾਕਟਰ ਸਾਹਿਬ ਸੀ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਤੇ ਬਹੁਤ ਹੀ ਮੈਨੂੰ ਲੱਗਦਾ ਹੈ ਕਿ ਥੋੜੇ ਸ਼ਬਦਾਂ ਦੇ ਵਿੱਚ ਸਮਝਾ ਦਿੰਦਾ ਹੈਗਾ ਕਿ ਡਾਈਟ ਕਿਹੜੀ ਖਾਣੀ ਕਿਹੜੀ ਨਹੀਂ ਖਾਣੀ ਤੇ ਆਯੁਰਵੈਦਿਕ ਤਰੀਕੇ ਸਾਰੇ ਸੌਖੇ ਨੇ ਔਰ ਸਭ ਕੁਝ ਅਵੇਲੇਬਲ ਹੈ ਅੱਜਕੱਲ ਅਸੀਂ ਖੁਦ ਵੀ ਉਗਾ ਸਕਦੇ ਹਾਂ ਜਿਹੜੇ ਰੁੱਖਾਂ ਦੀ ਲੋੜ ਹੈਗੀ ਆ ਜਿਹੜੇ ਪੌਦਿਆਂ ਦੀ ਲੋੜ ਹੈਗੀ ਆ ਤੇ ਅਸੀਂ ਪੰਸਾਰੀ ਤੋਂ ਵੀ ਜਾ ਕੇ ਲੈ ਸਕਦੇ ਆ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਲੋਕਾਂ ਦਾ ਬੀਪੀ ਵਾਧਦਾ ਹੈਗਾ ਉਹ ਇਹ ਨੁਸਖੇ ਅਪਣਾਉਣਗੇ ਤਾਂ ਉਹ ਠੀਕ ਹੋ ਜਾਣ ਤੇ ਬਾਕੀ ਜਿਨ੍ਹਾਂ ਨੂੰ ਹਜੇ ਕੋਈ ਪ੍ਰੋਬਲਮ ਨਹੀਂ ਹੈਗੀ ਉਹ ਪਹਿਲਾ ਹੀ ਜਿਹੜਾ ਅਵੇਅਰ ਹੋ ਜਾਣ ਤਾਂ ਕਿ ਇਹ ਜਿਹੜੀ ਬਿਮਾਰੀ ਹੈ ਉਹ ਲੱਗੇ ਨਾ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਪਰ ਕੰਟਰੋਲ ਕਰਨਾ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ ਵੀ ਹੈਗੀ ਹੈ ਸੋ ਡਾਕਟਰ ਸੰਤੋਖ ਸਿੰਘ ਜੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਤੇ ਅਗਲੇ ਹਫਤੇ ਫੇਰ ਖਾਲਸ ਡਾਈਟ ਦੇ ਵਿੱਚ ਇੱਕ ਬਹੁਤ ਹੀ ਦਿਲਚਸਪ ਜਿਹੜੀ ਗੱਲਬਾਤ ਹੈਗੀ ਆ ਉਹ ਅਸੀਂ ਤੁਹਾਡੇ ਸਭ ਦੇ ਲਈ ਲੈ ਕੇ ਹਾਜ਼ਰ ਹੋਵਾਂਗੇ ਜਿਦੇ ਨਾਲ ਹਰ ਕੋਈ ਜੂਝਦਾ ਹੈ ਦੁਨੀਆ ਦਾ ਹਰ ਇਨਸਾਨ ਉਹਦੇ ਜਿਹੜੇ ਤਰੀਕੇ ਨੇ ਉਹ ਤੋਂ ਬਚਣ ਦੇ ਤਰੀਕੇ ਡਾਕਟਰ ਸਾਹਿਬ ਦੱਸਣਗੇ ਸੋ ਮਿਲਦੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ